ਸਤਲੁਜ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਜੀਤ ਕੌਰ, ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਵੱਲੋਂ ਖੁਸ਼ਖਬਰੀ ਦੇਣ ਦਾ ਐਲਾਨ ਕੀਤਾ ਹੈ। ਯਾਨੀ ਕਿ ਸਰਕਾਰ ਕਹਿੰਦੀ ਹੈ ਵੀ ਅਸੀਂ ਕਿਸਾਨਾਂ ਨੂੰ ਖੁਸ਼ਖਬਰੀ ਦੇ ਰਹੇ ਹਾਂ, 14 ਫਸਲਾਂ 'ਤੇ MSP ਦੇ ਰਹੇ ਹਾਂ। ਹੁਣ ਅਸੀਂ ਕਿਸਾਨਾਂ ਦਾ ਪੱਖ ਜਾਣਨਾ ਹੈ ਕਿ ਕਿਸਾਨ ਕੀ ਕਹਿੰਦੇ ਨੇ। ਕੇਂਦਰ ਸਰਕਾਰ ਦੇ, ਭਾਰਤ ਸਰਕਾਰ ਦੇ ਇਸ ਐਲਾਨ ਦੇ ਨਾਲ ਕਿਸਾਨ ਸਹਿਮਤ ਨੇ ਜਾਂ ਨਹੀਂ, ਕਿਸਾਨ ਕੀ ਸੋਚਦੇ ਨੇ, ਕਿਸਾਨੀ ਮੰਗਾਂ ਕੀ ਨੇ। ਸ਼ੰਭੂ ਬਾਰਡਰ 'ਤੇ ਮੋਰਚਾ ਵੀ ਲੱਗਿਆ ਹੋਇਆ। ਅੱਜ ਅਸੀਂ ਕਿਸਾਨਾਂ ਦਾ ਪੱਖ ਜਾਣਾਂਗੇ ਕਿ 14 ਫਸਲਾਂ ਦੀ MSP ਦੀ ਜਿਹੜੀ ਸਰਕਾਰ ਖੁਸ਼ਖਬਰੀ ਦੇਣ ਦਾ ਦਾਅਵਾ ਕਰ ਰਹੀ ਹੈ, ਉਹਦੇ ਵੀ ਨਾਲ ਕਿਸਾਨ ਕਿੰਨੇ ਸਹਿਮਤ ਨੇ, ਕਿੰਨੀ ਕੁ ਸੱਚਾਈ ਹੈ। ਸੋ ਸਾਡੇ ਨਾਲ ਸ਼ੇਰੇ ਪੰਜਾਬ ਯੂਨੀਅਨ ਦੇ ਪ੍ਰੈਜ਼ੀਡੈਂਟ ਗੁਰਿੰਦਰ ਸਿੰਘ ਭੰਗੂ ਨੇ। ਭੰਗੂ ਸਰ, ਬਹੁਤ ਬਹੁਤ ਸਵਾਗਤ ਹੈ ਸਤਲੁਜ TV 'ਤੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡਾ ਅਤੇ ਤੁਹਾਡੇ ਚੈਨਲ ਦਾ। ਔਰ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਸਰਕਾਰ, ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ, ਪਹਿਲੀ ਕੈਬਨਿਟ ਮੀਟਿੰਗ ਹੁੰਦੀ ਹੈ ਅਤੇ ਪਹਿਲੀ ਕੈਬਨਿਟ ਮੀਟਿੰਗ ਤੋਂ ਬਾਹਰ ਆ ਕੇ ਦੇਸ਼ ਦੇ ਨਾਮ ਸੰਬੋਧਨ ਹੁੰਦਾ ਹੈ ਕਿਸਾਨਾਂ ਦੇ ਨਾਮ 'ਤੇ, ਕਿ 14 ਫਸਲਾਂ 'ਤੇ ਕਿਸਾਨਾਂ ਨੂੰ MSP ਦੇਣ ਜਾ ਰਹੀ ਹੈ ਭਾਜਪਾ ਸਰਕਾਰ। ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਦੇ ਰਹੇ ਹਾਂ। ਹੁਣ ਤੁਸੀਂ ਦੱਸੋ ਕਿ ਤੁਹਾਡੇ ਲਈ ਇਹ ਖਬਰ ਕਿੰਨੀ ਖੁਸ਼ੀ ਭਰੀ ਹੈ। ਸਭ ਤੋਂ ਪਹਿਲਾਂ ਤਾਂ ਕਮਲਜੀਤ ਕੌਰ, ਇਹ ਗੱਲ ਹੈਗੀ ਆ ਵੀ ਜਿਹੜੀ 14 ਫਸਲਾਂ ਦੀ ਉਹਨਾਂ ਨੇ ਗੱਲ ਕੀਤੀ MSP ਦੀ, ਇਹ MSP ਨਹੀਂ ਦਿੱਤੀ, ਇਹ 23 ਫਸਲਾਂ 'ਤੇ MSP ਹੈ। ਇਹ ਅੱਜ ਦੀ MSP ਨਹੀਂ, MSP ਨੂੰ ਘੱਟ ਤੋਂ ਘੱਟ ਜੇ ਆਪਾਂ ਪਿੱਛੇ ਜਾਈਏ 30 ਸਾਲ ਪਲੱਸ ਦੀ MSP ਚੱਲਦੀ ਆ। ਉਦੋਂ ਮੈਂ ਮੰਨ ਸਕਦਾ ਵੀ 15 ਫਸਲਾਂ 'ਤੇ ਹੋਊਗੀ, 20 ਫਸਲਾਂ 'ਤੇ ਹੋਊਗੀ, ਸਮੇਂ ਸਮੇਂ 'ਤੇ ਇਹ MSP ਫਸਲਾਂ ਇਹਦੇ ਵਿੱਚ ਵਾਧਾ ਹੁੰਦਾ ਗਿਆ। ਅੱਜ ਜੇ ਕੁੱਲ ਮਿਲਾਈਏ ਤਾਂ ਆਪਾਂ 23 ਫਸਲਾਂ 'ਤੇ MSP ਹੈਗੀ, ਪਰ ਜਿਹੜੀ ਖਰੀਦ ਆ, ਜਿਹਨੂੰ ਪ੍ਰੋਕਿਓਰਮੈਂਟ ਕਹਿੰਦੇ ਆ, ਉਹ ਕਣਕ 'ਤੇ ਸਿਰਫ ਝੋਨੇ ਦੀ ਖਰੀਦ ਹੈਗੀ ਆ, ਉਹ 'ਤੇ ਸੈਂਟਰ ਸਰਕਾਰ ਪ੍ਰੋਕਿਓਰਮੈਂਟ ਦਿੰਦੀ ਆ। ਜਿਹੜਾ ਤੁਸੀਂ ਸ਼ੰਭੂ ਬਾਰਡਰ ਦੀ ਗੱਲ ਕੀਤੀ ਔਰ ਖਨੌਰੀ ਬਾਰਡਰ ਦੀ, ਅਸੀਂ ਇਹੀ ਮੰਗ ਕਰਦੇ ਹਾਂ ਵੀ ਉਹ ਗਰੰਟੀ ਕਾਨੂੰਨ ਜਿਹੜਾ MSP ਦਾ, ਤਾਂ ਹੀ ਮੰਗ ਰਹੇ ਹਾਂ। ਹੁਣ ਜਿਹੜੀ ਗੱਲ ਕੀਤੀ ਆ ਵੀ ਪਹਿਲੀ ਹੀ ਕੈਬਨਿਟ ਮੀਟਿੰਗ ਦੇ ਵਿੱਚ, ਮੈਂ ਸਮਝਦਾ ਵੀ ਉਹਨਾਂ ਨੇ, ਦੇਖੋ ਸਾਰੇ ਅਖਬਾਰਾਂ ਦੇ ਵਿੱਚ ਵੱਡੀ ਵੱਡੀ ਸੁਰਖੀਆਂ 'ਚ ਆਇਆ ਕਿਸਾਨਾਂ ਲਈ ਆਹ ਕਰਤਾ, ਕਿਸਾਨਾਂ ਲਈ ਉਹ ਕਰਤਾ, ਪਰ ਇੱਥੇ ਭੋਲੇ ਭਾਲੇ ਲੋਕ ਪਿੰਡਾਂ ਦੇ ਹੈਗੇ ਆ। ਇੱਕ ਬੜਾ ਮੈਂ ਸਮਝੂੰਗਾ ਸਿਆਸੀ ਸਟੰਟ ਇਹ ਪੂਰੇ ਭਾਰਤ ਦੇ ਵਿੱਚ ਸੁੱਟਿਆ ਹੈਗਾ ਭਾਜਪਾ ਸਰਕਾਰ ਨੇ। ਹੁਣ ਆਪਾਂ ਮੋਦੀ ਸਰਕਾਰ ਨਹੀਂ ਕਹਿ ਸਕਦੇ, ਜਿਹੜੀ ਪਿਛਲੀ ਟਰਮ ਸੀ ਉਹ ਤਾਂ ਮੋਦੀ ਦੀ ਗਰੰਟੀ ਸੀ ਅਤੇ ਮੋਦੀ ਸਰਕਾਰ ਸੀ। ਹੁਣ ਭਾਜਪਾ ਨਿਪਟ ਗਈ, ਜਿਹੜਾ ਕਿਸਾਨਾਂ ਨਾਲ ਜੋ ਧਰੋ ਕਮਾਇਆ ਇਹਨਾਂ ਨੇ, ਜੋ ਕਿਸ ਤਰੀਕੇ ਨਾਲ ਵੀ ਧਰਮ ਦੇ ਨਾਂ 'ਤੇ ਜੋ ਕੁਛ ਇਹਨਾਂ ਲੋਕਾਂ ਨੇ ਕੀਤਾ, ਉਹਦਾ ਖਮਿਆਜ਼ਾ ਤਾਂ ਦੇਖੋ ਭੁਗਤੇ ਹੀ ਆ ਜ਼ਰੂਰ, 240 'ਤੇ ਸਿਮਟ ਕੇ। ਸੋ ਮੇਰੇ ਕਹਿਣ ਤੋਂ ਭਾਵ ਇਹ ਲੋਕਾਂ ਨੂੰ ਭੱਬਲ ਭੂਸੇ ਪਾਉਣੇ ਨੂੰ, ਭੋਲੇ ਭਾਲੇ ਜਿਹੜੇ ਲੋਕ ਨੇ ਜਾਂ ਜਿਹੜੇ ਹੋਰ ਵਰਗਾਂ ਦੇ ਲੋਕ ਨੇ, ਮੈਂ ਕਹਿੰਦਾ ਮਜ਼ਦੂਰ ਹੋ ਗਿਆ, ਦੁਕਾਨਦਾਰ ਹੋ ਗਿਆ, ਵਪਾਰੀ ਹੋ ਗਿਆ, ਉਹਨਾਂ ਦੇ ਦਿਮਾਗ 'ਚ ਇੱਕਦਮ ਹੋਇਆ ਜਦੋਂ TV'ਆਂ 'ਤੇ ਵੱਡੀ ਵੱਡੀਆਂ ਸਕਰੀਨਾਂ 'ਤੇ ਚੱਲਿਆ ਕਿਸਾਨਾਂ ਲਈ ਆਹ ਕੀਤਾ, ਕਰੋੜਾਂ ਦਾ ਕੀਤਾ, 35 ਕਰੋੜ ਦਾ, ਕਿੰਨੇ ਹਜ਼ਾਰਾਂ ਕਰੋੜਾਂ ਦਾ ਕੀਤਾ। ਸੋ ਇਹ ਝੂਠ ਦਾ ਪਲੰਦਾ ਹੈਗਾ। MSP ਪਹਿਲਾਂ ਵੀ ਮਿਲਦੀ ਸੀ, MSP ਜਿਹੜੀ ਖਰੀਦ ਸੀ ਉਹ ਸਿਰਫ 2 ਫਸਲਾਂ 'ਤੇ, ਕਣਕ 'ਤੇ ਝੋਨੇ ਤੋਂ, ਜਿਹੜਾ ਕਿ ਝੋਨੇ ਤੋਂ ਅਸੀਂ ਖਹਿੜਾ ਛਡਾਉਣਾ ਚਾਹੁੰਦੇ ਹਾਂ, ਕਿਉਂਕਿ ਝੋਨਾ ਸਾਡੀ ਫਸਲ ਨਹੀਂ ਹੈਗੀ, ਅਸੀਂ ਸਾਲ 'ਚ ਇੱਕ ਜਾਂ 2 ਵਾਰ ਚੌਲ ਖਾਂਦੇ ਹਾਂ, ਇਹ ਸਾਨੂੰ ਹਰੀ ਕ੍ਰਾਂਤੀ ਲੈ ਬੈਠੀ ਆ। ਜਦੋਂ ਦੇਸ਼ ਭੁੱਖਾ ਮਰਦਾ, ਕਿਸਾਨ ਨੇ ਇਹਦਾ ਢਿੱਡ ਭਰਿਆ ਅਤੇ ਆਪ ਕਿਸਾਨ ਕਿਤੇ ਨਾ ਕਿਤੇ ਬਰਬਾਦ ਹੋਇਆ, ਜਿੱਥੇ ਕਿ
ਅਸੀਂ ਵੀ ਇਹਦੇ ਵਿੱਚ ਦੋਸ਼ੀ ਹਾਂ ਵੀ ਸਾਡਾ ਪਾਣੀ ਜਿਹੜਾ ਧਰਤੀ ਦਾ ਉਹ ਦਿਨ ਪਰ ਦਿਨ ਮਤਲਬ ਖਤਮ ਹੁੰਦਾ ਜਾਂਦਾ। ਖੇਤੀਬਾੜੀ ਮੰਤਰੀ ਜਿਹੜੇ ਨਵੇਂ ਬਣੇ ਨੇ ਸ਼ਿਵਰਾਜ ਸਿੰਘ ਚੌਹਾਨ, ਉਹ ਕਹਿੰਦੇ ਨੇ ਕਿ ਜਿਹੜੀਆਂ 14 ਫਸਲਾਂ ਨੇ ਹੁਣ, ਜਿਵੇਂ ਤੁਸੀਂ ਕਿਹਾ ਵੀ ਸਾਨੂੰ ਕਾਨੂੰਨੀ ਚਾਹੀਦੀ ਹੈ, ਗਰੰਟੀ ਚਾਹੀਦੀ ਹੈ, ਉਹਦੀ ਸਟੇਟਮੈਂਟ ਆਉਂਦੀ ਹੈ ਵੀ ਇਹਨਾਂ 14 ਫਸਲਾਂ ਦੇ ਉੱਤੇ ਕਿਸਾਨਾਂ ਨੂੰ ਗਰੰਟੀ ਦੇ ਨਾਲ MSP ਦਿੱਤੀ ਜਾਏਗੀ, ਰੇਟ ਲਿਸਟ ਵੀ ਦਿੱਤੀ ਗਈ ਹੈ, ਉਹਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ, ਕੀ ਸੋਚਦੇ ਹੋ ਉਹਦੇ ਬਾਰੇ? ਦੇਖੋ ਮੈਂ ਗੱਲ ਤੁਹਾਨੂੰ ਇਹਦੇ ਵਿੱਚ, ਪਹਿਲੀ ਗੱਲ ਤਾਂ ਇਹ ਹੈਗੀ ਆ, ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਭਾਰਤ ਦੇ ਲੋਕਾਂ ਨੂੰ, ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਖਾਸ ਕਰ ਅਪੀਲ ਕਰਨੀ ਚਾਹੁੰਦਾ, ਜਿਹੜੀ ਕਣਕ ਅਤੇ ਝੋਨੇ 'ਤੇ MSP ਮਿਲਦੀ ਆ ਉਹ ਪੰਜਾਬ, ਹਰਿਆਣਾ, ਕੁਛ ਹਿੱਸਾ UP ਦਾ ਜਿੱਥੇ MSP ਕਣਕ ਝੋਨੇ 'ਤੇ ਮਿਲਦੀ ਆ, ਉਹ 'ਤੇ ਅਗਲੀ ਗੱਲ ਕੀਤੀ ਜਾਵੇ। ਇਹ ਜਿਹੜੀ ਹਾੜੀ ਸਾਉਣੀ ਆ 6 ਮਹੀਨੇ ਬਾਅਦ, ਇਹ ਨਹੀਂ ਵੀ ਮੋਦੀ ਸਾਹਿਬ ਨੇ ਹੁਣੀ ਰੇਟ ਵਧਾਇਆ ਪਰ ਉਹਨੂੰ MSP ਕਰਤਾ, ਇਹ ਫਸਲ ਦਾ ਰੇਟ ਵਧਾਇਆ ਹਰ ਸਾਲ ਵਾਧਾ ਹੁੰਦਾ। ਪਰ ਜਿਹੜਾ ਇਹ ਹੈਗਾ, ਜਿਹੜਾ ਲਾਗਤ ਮੁੱਲ ਹੈ ਇਹ ਸਰਕਾਰਾਂ ਨਹੀਂ ਜੋੜਦੀਆਂ, ਜਿਹੜਾ ਰੇਟ ਵੱਧਦਾ, ਠੀਕ ਹੈ ਉਹਨਾਂ ਨੇ 5% ਰੇਟ ਵਧਿਆ, ਉਹ ਹਰ ਸਾਲ ਹੀ 6 ਮਹੀਨੇ ਬਾਅਦ, ਹੁਣ ਜਦੋਂ ਕਣਕ ਆਊਗੀ 6 ਮਹੀਨੇ ਬਾਅਦ ਕਣਕ ਦੀ ਬਿਜਾਈ ਵੇਲੇ ਕਣਕ ਦਾ ਵਧੂਗਾ, ਹੁਣ ਝੋਨੇ ਦੀ ਬਿਜਾਈ ਦੀ ਝੋਨੇ ਦਾ ਵੱਧ ਗਿਆ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈਗਾ ਵੀ ਇਹਦੇ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ, ਜਦ ਤੱਕ ਸਾਨੂੰ ਜਿਹੜੀ ਗਰੰਟੀ ਕਾਨੂੰਨ ਲਿਖਤ 'ਚ ਨਹੀਂ ਮਿਲਦਾ, ਜਦ ਤੱਕ ਅਸੀਂ ਕਿਵੇਂ ਮੰਨ ਲਾਂਗੇ? ਮੋਦੀ ਸਾਹਿਬ ਨੇ ਤਾਂ ਬਹੁਤ ਗਰੰਟੀਆਂ ਦਿੱਤੀਆਂ ਪਹਿਲਾਂ, 15-15 ਲੱਖ ਜਿਹੜੇ ਜੁਮਲੇ ਛੱਡੇ ਆ, ਮੈਂ ਉਸ ਮੈਟਰ 'ਤੇ ਨਹੀਂ ਜਾਊਂਗਾ, ਗੱਲ ਆਪਾਂ ਕਿਸਾਨੀ ਦੀ ਕਰਦੇ ਹਾਂ, ਵੱਡੇ ਇਸ਼ੂ 'ਤੇ ਬੈਠੇ ਹਾਂ। ਸਭ ਤੋਂ ਵੱਡੀ ਗੱਲ ਆ, ਇਹ ਤਾਂ ਮੂੰਹ ਜਵਾਨੀ ਮੋਦੀ ਸਾਹਿਬ ਵੀ ਗਰੰਟੀ ਦਿੰਦੇ ਤੇ, ਹੁਣ ਚੌਹਾਨ ਸਾਹਿਬ ਆ ਗਏ ਜਿਹੜੇ ਖੇਤੀਬਾੜੀ ਮੰਤਰੀ ਬਣੇ ਨੇ, ਇਹ ਮੇਰੇ ਖਿਆਲ 2 ਟਰਮਾਂ 'ਚ ਤਾਂ ਮੱਧ ਪ੍ਰਦੇਸ਼ ਦੇ CM ਰਹਿ ਲਏ। ਸੋ ਮੈਂ ਇਸ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਅਸੀਂ ਸਮਝਦੇ ਹਾਂ, ਪਰ ਲੋਕਾਂ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਲੈ ਕੇ ਜਾਣਾ ਚਾਹੁੰਦੇ ਹਾਂ ਵੀ ਕੁਛ ਵੀ ਨਹੀਂ ਹੈ, ਝੂਠ ਦਾ ਪਲੰਦਾ ਹੈਗਾ। ਇੱਕ ਜਿਹੜਾ ਖੇਤੀਬਾੜੀ ਸੈਕਟਰ ਆ ਉਹਨੂੰ ਬੱਲੇ ਬੱਲੇ ਦਿਖਾਉਣੀ ਜਾਂ ਲੋਕਾਂ 'ਚ ਇੱਕ ਪ੍ਰਚਾਰ ਕਰ ਦੇਣਾ, ਜਾਂ ਇਹਨਾਂ ਦੇ ਵੀ, ਅੱਜ ਮੈਂ ਪੇਪਰ ਪੜ੍ਹਿਆ, ਬਹੁਤ ਸਾਰੇ ਪੰਜਾਬ ਦੇ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਹਾਂ, ਭਾਜਪਾ ਸਰਕਾਰ ਦਾ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ 14 ਫਸਲਾਂ 'ਤੇ MSP ਦੇ ਦਿੱਤੀ, MSP 'ਤੇ ਹੀ ਫਸਲਾਂ 'ਤੇ ਮਿਲਦੀ ਸੀ, ਪਰ ਉਹਦੀ ਖਰੀਦ ਨਹੀਂ ਹੁੰਦੀ ਸੀ। ਮੈਂ ਐਗਜ਼ਾਮਪਲ ਤੌਰ 'ਤੇ ਤੁਹਾਨੂੰ ਦੱਸਣਾ ਚਾਹੁੰਦਾ, ਇਸ ਵਾਰ ਦਸੰਬਰ ਜਨਵਰੀ ਦੇ ਵਿੱਚ ਜਿਹੜੀ ਵੈਲਟ ਕਾਟਨ ਦੀ ਹੈਗੀ, ਨਰਮੇ ਇਹਦੀ ਜਿਹੜਾ ਨਰਮਾ ਬੀਜਦੇ ਨੇ ਆਪਾਂ, ਫਾਜ਼ਿਲਕਾ ਏਰੀਆ ਹੋ ਗਿਆ, ਅਬੋਹਰ ਹੋ ਗਿਆ, ਔਰ ਮੁਕਤਸਰ ਬਠਿੰਡਾ ਏਰੀਆ, ਸਾਡੀ ਜਥੇਬੰਦੀ ਔਰ ਹੋਰ ਜਥੇਬੰਦੀਆਂ ਵੀ ਸੀ ਨਾਲ ਉਹਦੇ ਵਿੱਚ, ਇਹਦੇ ਵਿੱਚ ਕੋਈ 2 ਰਾਵਾਂ ਨਹੀਂ, 3-4 ਜਥੇਬੰਦੀਆਂ ਨੇ 2 ਤੋਂ ਲੈ ਕੇ 6 ਟੈਂਪਰ ਦੇ ਵਿੱਚ ਦਸੰਬਰ ਜਨਵਰੀ ਦੇ ਵਿੱਚ, ਅਬੋਹਰ ਸ਼ਹਿਰ ਨੂੰ ਬੰਦ ਕਰਕੇ ਕਾਟਨ ਦਾ ਰੇਟ ਹੈਗਾ 7250, 5000 ਨੂੰ ਕਿਸੇ ਨੇ ਪੁੱਛੀ ਨਹੀਂ, MSP ਤਾਂ ਉਹਦੇ ਵੀ 7250 ਰੁਪਈਆ ਸੀ, ਫਿਰ ਉਹ ਕਿਉਂ ਨਹੀਂ ਖਰੀਦੀ? ਸੋ ਕਹਿਣ ਦਾ ਭਾਵ ਮੂੰਗੀ ਆ, ਅੱਜ ਮੂੰਗੀ ਮੰਡੀਆਂ 'ਚ ਰੁਲਦੀ ਆ, ਉਹਦੀ MSP ਤਾਂ ਪਹਿਲਾਂ ਕਈ ਸਾਲਾਂ ਤੋਂ ਹੈਗੀ ਆ। ਸੋ ਕਹਿਣ ਤੋਂ ਭਾਵ ਜਿਹੜੀ ਚੀਜ਼ ਖਰੀਦਣੀ ਨਹੀਂ, ਸਾਨੂੰ ਖਰੀਦ ਗਰੰਟੀ ਚਾਹੀਦੀ ਆ। ਹੁਣ ਮੱਕੀ ਆ, ਆਹ ਦੇਖੋ ਆਪਾਂ ਬੈਠੇ ਨੇ, ਜਿੱਥੇ ਬੈਕ ਸਾਈਡ 'ਤੇ ਮੇਰੇ ਮੱਕੀ ਖੜੀ ਆ, ਮੱਕੀ ਦੀ MSP ਹੈ ਪਰ ਉਹਨੂੰ ਖਰੀਦ ਕੌਣ ਰਿਹਾ? ਖਰੀਦ ਤਾਂ ਉਹਨੂੰ ਪ੍ਰਾਈਵੇਟ ਕੋਆਪਰੇਟ ਰਿਹਾ ਨਾ, ਕਿਉਂਕਿ ਉਹਨੂੰ ਸਰਕਾਰ ਵੱਲੋਂ ਤਾਂ ਕੁਛ ਨਹੀਂ ਨਾ, ਉਹਦੀ ਪ੍ਰੋਕਿਓਰਮੈਂਟ ਨਹੀਂ ਹੈਗੀ ਆ, ਮੂੰਗੀ ਲਾ ਲਓ, ਮਾਂਹ ਲਾ ਲਓ, ਸਾਰੀਆਂ ਚੀਜ਼ਾਂ 'ਤੇ ਹੀ ਹੈਗਾ। ਪਰ ਜਿਹੜੀ ਗੱਲ ਸਰਕਾਰ ਨੂੰ ਕਰਨੀ ਚਾਹੀਦੀ, ਅਸੀਂ ਕਹਿੰਦੇ ਹਾਂ 70 ਸਾਲ ਦੇ ਵਿੱਚ, ਚਾਹੇ ਸਟੇਟਾਂ ਦੀਆਂ ਸਰਕਾਰ ਹੋਵੇ, ਚਾਹੇ ਭਾਰਤੀ ਸਰਕਾਰ ਹੋਵੇ,
ਜਿਹੜੀਆਂ ਸਰਕਾਰਾਂ ਅੱਜ ਤੱਕ ਕੋਈ ਨੀਤੀ ਪਾਲਿਸੀ ਉਹ ਨਹੀਂ ਘੜ ਪਾਈਆਂ ਖੇਤੀਬਾੜੀ ਸੈਕਟਰ ਬਾਰੇ, ਉਹ ਹੋਰ ਕੀ ਕਰ ਸਕਦੀਆਂ। ਅਸੀਂ ਜਿਹੜੇ ਮੋਰਚੇ ਲਾਏ ਨੇ, ਇੱਕ ਤਾਂ ਉਹ 2020 ਦੇ ਵਿੱਚ ਜਿਹੜਾ ਮੋਰਚਾ ਲਾਇਆ ਤਾਂ ਉਹਦੇ ਵਿੱਚੋਂ ਬਾਇਓ ਪ੍ਰੋਟੈਕਟ ਉਸ ਮੋਰਚੇ ਦੇ ਵਿੱਚੋਂ ਜਿਹੜੀਆਂ ਮੰਗਾਂ ਹੈਗੀਆਂ। ਲਖੀਮਪੁਰਾਲਾ ਜਿਹੜੀ ਘਟਨਾ, ਜਿਹੜੇ 4 ਸਾਡੇ ਕਿਸਾਨ ਭਰਾ ਅਤੇ ਇੱਕ ਪੱਤਰਕਾਰ ਵੀਰ ਨੂੰ ਇਹਨਾਂ ਨੇ ਸੜਿਅੰਤਰ ਰਚ ਕੇ ਸ਼ਹੀਦ ਕੀਤਾ ਸੀਗਾ, ਹੋਰ ਸਾਡੇ ਬਹੁਤ ਪਰਚੇ ਉਦੋਂ ਦੇ ਖੜ੍ਹੇ ਆ। ਇਹ ਵੀ ਗਰੰਟੀ ਕਿਹਾ ਸੀ ਵੀ MSP ਦੀ ਗਰੰਟੀ ਅਸੀਂ ਦੇਵਾਂਗੇ, ਫਿਰ ਲਿਖਤੀ ਰੂਪ 'ਚ ਦਿੱਤੀ ਕਿਉਂ ਨਹੀਂ ਹੈ? ਮੂੰਹ ਗੱਲਾਂ ਨਾਲ ਕੁਛ ਨਹੀਂ ਬਣਨਾ ਜੀ, ਲਿਖਤੀ ਰੂਪ 'ਚ ਹੋਣਾ। ਇਸ ਕਰਕੇ ਮੋਦੀ ਸਾਹਿਬ ਅਕਚੂੰਬਰ ਸ਼ਾਇਦ ਜਦੋਂ ਇਹ CM ਸੀਗੇ ਗੁਜਰਾਤ ਦੇ, ਉਦੋਂ ਇੱਕ ਕਮੇਟੀ ਦੇ ਚੇਅਰਮੈਨ ਸਨ, ਉਦੋਂ ਕਾਂਗਰਸ ਸਰਕਾਰ ਸੀ, ਮਨਮੋਹਨ ਸਿੰਘ ਦੀ ਸਰਕਾਰ, ਉਦੋਂ ਇਹਨਾਂ ਨੇ ਕਿਹਾ ਸੀ ਵੀ C2+50 ਨਾਲ ਜਿਹੜੀ ਸਵਾਮੀਨਾਥਨ ਰਿਪੋਰਟ ਆ ਉਹ ਲਾਗੂ ਕਰਨੀ ਚਾਹੀਦੀ ਆ, ਪਰ ਜਿਹੜੀ MSP ਆ ਉਹ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ। ਪਰ ਜਦੋਂ ਆਪ ਸ਼ੀਟ 'ਤੇ ਬੈਠੇ, ਇਹ ਆਪਣੇ ਮੈਨੀਫੈਸਟੋ 'ਚ, ਅੱਜ 2014 ਦਾ ਮੈਨੀਫੈਸਟੋ ਚੱਕ ਲੈਣ ਮੋਦੀ ਸਾਹਿਬ ਜੇ ਭੁੱਲ ਗਏ ਆ, ਤਾਂ ਉਹਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ। ਸੋ ਕਹਿਣ ਦਾ ਭਾਵ ਜਦੋਂ ਮੋਦੀ ਸਾਹਿਬ ਇਸ ਸੀਟ 'ਤੇ ਆਏ ਉਹ ਸਾਰਾ ਕੁਛ ਭੁੱਲ ਗਏ ਆ। ਇਹਨੂੰ ਅਸੀਂ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਭਾਰਤ ਅਤੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਮੁੱਢੋਂ ਨਕਾਰਦੀ ਆ ਜਿਹੜੀ MSP ਦੀ ਗੱਲ ਚੱਲਦੀ ਆ। ਇਹ ਝੂਠ ਦਾ ਪਲੰਦਾ ਜਿਹੜਾ 3-4 ਦਿਨ ਇੱਕ ਖਬਰਾਂ ਦਾ ਵਿਸ਼ਾ ਬਣਿਆ ਪਿਆ, ਜਿਹੜਾ ਲੋਕਾਂ ਨੂੰ ਭੱਬਲ ਭੂਸੇ 'ਤੇ ਪਾਉਣਾ ਇੱਕ ਗੱਲ, ਦੂਜੀ ਗੱਲ ਕਿਤੇ ਨਾ ਕਿਤੇ ਮੋਦੀ ਸਾਹਿਬ ਨੇ ਇੱਕ ਤੀਰ ਨਾਲ 2 ਨਿਸ਼ਾਨੇ ਵਿੱਢੇ ਨੇ, ਕਿਤੇ ਨਾ ਕਿਤੇ ਮੋਰਚਿਆਂ 'ਤੇ ਵੀ ਉਂਗਲੀ ਚੁੱਕੀ ਆ ਜਿਹੜੀ MSP ਦੀ ਗੱਲ ਕੀਤੀ ਆ, ਵੀ ਕਿਸਾਨ ਉੱਥੇ ਬੈਠੇ ਆ, ਪਰ ਅਸਲੀ ਗੱਲ ਨਹੀਂ ਦੱਸੀ ਵੀ ਕਿਸਾਨ ਮੰਗਦੇ ਕੀ ਆ। ਇਹ ਚੀਜ਼ ਤੋਂ ਸਾਰੇ ਪੂਰੇ ਭਾਰਤ ਦੇ ਲੋਕਾਂ ਨੂੰ, ਉਹਨਾਂ ਲੋਕਾਂ ਤੋਂ ਓਹਲਾ ਰੱਖਿਆ ਗਿਆ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੋਦੀ ਸਰਕਾਰ ਨੇ ਜਿਹੜਾ ਉੱਥੇ ਸ਼ੰਭੂ ਮੋਰਚਾ ਲੱਗਿਆ ਹੋਇਆ ਉਹਦੇ 'ਤੇ ਵੀ ਉਂਗਲ ਚੱਕਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਨਾ ਕਿਤੇ ਲੋਕ ਮਨਾਂ ਦੇ ਵਿੱਚ ਇਹ ਚੀਜ਼ ਜ਼ਰੂਰ ਆਈ ਹੈ ਕਿ MSP ਦੀ ਅਨਾਊਂਸਮੈਂਟ ਹੋਊਗੀ, ਹੁਣ ਸ਼ੰਭੂ ਤੋਂ ਮੋਰਚਾ, ਖਨੌਰੀ ਬਾਰਡਰ ਤੋਂ ਮੋਰਚਾ ਵੀ ਚੱਕਿਆ ਜਾਏਗਾ। ਹੁਣ ਲੋਕਾਂ ਨੂੰ ਕਿਵੇਂ ਸਮਝਾਓਗੇ ਤੁਸੀਂ ਸਰਕਾਰ ਦਾ ਪ੍ਰਸਤਾਵ ਨਾ ਮਨਜ਼ੂਰ ਕਰ ਰਹੇ ਹੋ? ਜਗਜੀਤ ਸਿੰਘ ਗੱਲੇਵਾਲ ਦੀ ਸਟੇਟਮੈਂਟ ਆਈ ਸੀ, ਉਹ ਵੀ ਕਹਿੰਦੇ ਨੇ ਕਿ ਸਾਨੂੰ ਮਨਜ਼ੂਰ ਨਹੀਂ, ਸਰਵਨ ਸਿੰਘ ਭੰਦੇਰ ਵੀ ਕਹਿੰਦੇ ਨੇ, ਤੁਸੀਂ ਵੀ ਇੱਕ ਜਥੇਬੰਦੀ ਦੇ ਪ੍ਰਧਾਨ ਹੋ, ਤੁਸੀਂ ਵੀ ਨਕਾਰ ਰਹੇ ਹੋ, ਫਿਰ ਉਹਨਾਂ ਲੋਕਾਂ ਨੂੰ ਕਿਵੇਂ ਸਮਝਾਇਆ ਜਾਏ ਜਿਹੜੇ ਇਹ ਸੋਚ ਰਹੇ ਨੇ ਕਿ ਹੁਣ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ, ਹੁਣ ਸ਼ੰਭੂ ਮੋਰਚਾ ਚੱਕਿਆ ਜਾਏਗਾ, ਹੁਣ ਦਿੱਲੀ ਵਾਲਾ ਨੈਸ਼ਨਲ ਹਾਈਵੇ ਖੁੱਲ ਜਾਏਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਦਿੱਲੀ ਵਾਲਾ ਨੈਸ਼ਨਲ ਹਾਈਵੇ ਆ ਉਹ ਅਸੀਂ ਬੰਦ ਨਹੀਂ ਕੀਤਾ, ਉਹ ਸਰਕਾਰ ਨੇ ਬੰਦ ਕੀਤਾ ਹੋਇਆ, ਉਹਨੂੰ ਪੂਰਾ ਭਾਰਤ ਜਾਣਦਾ। ਤੇ ਦੂਜੀ ਗੱਲ ਹੈਗੀ ਆ ਜਿਹੜਾ ਮੋਰਚਾ ਚੁੱਕਣ ਦੀ ਗੱਲ, ਉਹ ਸਵਾਲ ਇਹ ਪੈਦਾ ਨਹੀਂ ਹੁੰਦਾ, ਜਿਹੜੀਆਂ ਉਹ ਮੋਰਚਾ ਜਿਹੜੀ ਗੱਲ ਕਰਦਾ ਉਸ ਮੋਰਚੇ ਦੀ ਬਦੌਲਤ ਅੱਜ ਅਸੀਂ ਨੌਨ ਪ੍ਰਿਟੀਕਲ ਹਾਂ। ਅਸੀਂ ਕਿਤੇ ਵੀ ਹਰਿਆਣਾ, ਰਾਜਸਥਾਨ ਜਾਂ ਕਿਤੇ ਵੀ ਗਏ ਹਾਂ, ਅਸੀਂ ਹਰਿਆਣੇ 'ਚ ਵੀ ਜਾਂਦੇ ਰਹੇ ਹਾਂ, ਪਰ ਅਸੀਂ ਕਿਤੇ ਇਹ ਨਹੀਂ ਕਿਹਾ ਵੀ ਭਾਜਪਾ ਨੂੰ ਵੋਟ ਨਾ ਪਾਇਓ, ਕਿ ਅਸੀਂ ਕਿਸੇ ਨੂੰ ਕਹਿ ਦਾਂਗੇ ਵੀ ਕਾਂਗਰਸ ਨੂੰ ਵੋਟ ਪਾਓ, ਅਕਾਲੀ ਨੂੰ ਵੋਟ, ਅਕਾਲੀਆਂ ਨੂੰ ਵੋਟ ਪਾਓ, ਜਾਂ ਤੁਸੀਂ ਆਪ ਪਾਰਟੀ ਨੂੰ ਵੋਟ ਪਾਓ ਜਾਂ ਉਹਨੂੰ ਪਾਓ, ਫਿਰ ਅਸੀਂ ਨੌਨ ਸਿਆਸੀ ਨਾ, ਫਿਰ ਤਾਂ ਅਸੀਂ ਸਿਆਸੀ ਹੋ ਗਏ ਹਾਂ। ਸਾਡਾ ਜਿਹੜਾ ਮੋਰਚਾ ਹੈਗਾ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਆ, ਪਰ ਇੱਕ ਗੱਲ ਅਸੀਂ ਲੋਕਾਂ ਨੂੰ ਇਹ ਤਾਂ ਅਵੇਅਰ ਕੀਤਾ ਨਾ ਵੀ ਤੁਸੀਂ ਇਹ ਦੇਖਿਓ ਵੀ ਤੁਹਾਡਾ 450 ਕਿਸਾਨ ਕਿਹੜੀ ਸਰਕਾਰ ਨੇ ਫੱਟੜ ਕੀਤਾ, ਤੁਹਾਨੂੰ ਦਿੱਲੀ ਜਾਣ ਤੋਂ ਕਿਹੜੀ ਸਰਕਾਰ ਨੇ ਰੋਕਿਆ, ਜੇ ਤੁਸੀਂ ਆਪਣੀਆਂ ਹੱਕ ਸੱਚ ਲਈ ਮੰਗਾਂ ਮੰਗਦੇ ਹੋ, ਕਿਹਨੇ ਤੁਹਾਡੇ 'ਤੇ ਗੋਲੀਆਂ ਚਲਾਈਆਂ, ਕਿਹਨੇ ਨੇ ਤੁਹਾਡੇ 'ਤੇ ਇਜ਼ਰਾਈਲ ਤੋਂ ਡਰੋਨ ਮੰਗਾ ਕੇ ਤੁਹਾਡੇ 'ਤੇ ਗੋਲੇ ਸੁੱਟੇ ਪੰਜਾਬ ਦੀ ਧਰਤੀ ਦੇ ਵਿੱਚ ਆ ਕੇ, ਔਰ ਸ਼ੁਭ ਕਰਨ ਪੰਜਾਬ ਦਾ ਪੁੱਤ ਉਹਦੇ ਸਿੱਧੀਆਂ ਗੋਲੀਆਂ SLR ਦੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ, ਸੋ 5 ਸਾਡੇ ਪੰਜਾਬ ਦੇ ਪੁੱਤਾਂ ਦੀਆਂ ਅੱਖਾਂ ਚਲੇ ਗਈਆਂ, ਉਹ ਸਾਰੀਆਂ ਚੀਜ਼ਾਂ ਬਾਰੇ ਲੋਕਾਂ ਨੂੰ ਸਮਝਾਇਆ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਲੋਕਾਂ ਨੂੰ ਕਿਵੇਂ ਸਮਝਾਇਆ ਜਾਊਗਾ MSP ਬਾਰੇ, ਲੋਕ ਅਵੇਅਰ ਨੇ, ਬਹੁਤ ਜ਼ਿਆਦਾ ਪੇਂਡੂ ਲੋਕ ਹਲੇ ਇਹ ਚੀਜ਼ ਤੋਂ ਵਾਂਝੇ ਨੇ।
ਜ਼ਰੂਰ ਉਹਨਾਂ ਨੂੰ ਕਿਤੇ ਲਿਟਰੇਚਰ ਰਾਹੀਂ ਜਾਂ ਪਿੰਡਾਂ 'ਚ ਸਮਝਾਵਾਂਗੇ, ਉਹ ਸਾਰੀ ਚੀਜ਼ ਸਮਝਦੇ ਵੀ ਆ। ਪਰ ਉਹ ਦੋ ਦਿਨ ਜਦੋਂ ਜਿਸ ਦਿਨ ਇਹ ਪਰਸੋਂ ਖਬਰੀ ਚੱਲੀ ਸੀ ਉਦਣ ਉਹਨਾਂ ਨੂੰ ਹੋ ਗਿਆ ਵੀ ਪਤਾ ਨਹੀਂ ਜਿਹੜੀ ਮੰਗ ਕਿਸਾਨ ਮੰਗਦੇ ਸੀ ਔਰ ਜਿਹੜੀਆਂ ਮੰਗਾਂ 'ਤੇ ਮੋਰਚਾ ਲੱਗਿਆ ਸੀ ਸ਼ਾਇਦ ਉਹ ਸਰਕਾਰ ਨੇ ਮੰਨ ਲਈਆਂ। ਉਹਨਾਂ 'ਚੋਂ ਇੱਕ ਮੰਗ ਵੀ ਸਰਕਾਰ ਨੇ ਨਹੀਂ ਮੰਨੀ। ਤੁਹਾਡੇ ਮਾਧਿਅਮ ਰਾਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ। ਠੀਕ ਹੈ, ਆਪਾਂ ਖੇਤਾਂ 'ਚ ਬੈਠੇ ਹਾਂ, ਬੜਾ ਹਰਿਆਲੀ ਵਾਲਾ ਖੁਸ਼ਨੁਮਾ ਮਾਹੌਲ ਹੈ, ਮੋਟਰ ਦੇ ਵਿੱਚੋਂ ਪਾਣੀ ਆ ਰਿਹਾ ਲਗਾਤਾਰ ਕੰਟੀਨਿਊਸਲੀ, ਝੋਨਾ ਬੀਜਿਆ ਜਾ ਰਿਹਾ, ਝੋਨੇ ਦਾ ਸੀਜ਼ਨ ਹੈ। ਤੁਸੀਂ ਵੀ ਆਪਣੀ ਸ਼ੁਰੂਆਤੀ ਇੱਕ ਗੱਲ ਦੇ ਵਿੱਚ ਇਹ ਗੱਲ ਕਹੀ ਸੀ ਵੀ ਅਸੀਂ ਝੋਨਾ ਬੀਜਣਾ ਨਹੀਂ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਕਿਉਂਕਿ ਸਾਨੂੰ MSP ਮਿਲਦੀ ਹੈ। ਹਾਲ ਹੀ ਦੇ ਵਿੱਚ ਇੱਕ ਜਲ ਸਪਲਾਈ ਸੈੱਲ ਦੀ ਰਿਪੋਰਟ ਆਈ ਸੀ ਜਿਸ ਦੇ ਵਿੱਚ ਪੰਜਾਬ ਦੇ 9 ਜ਼ਿਲ੍ਹਿਆਂ ਦੇ ਉੱਤੇ ਇਹ ਜਿਹੜਾ ਰਿਸਰਚ ਹੈ ਉਹ ਕੀਤਾ ਗਿਆ ਸੀ ਅਤੇ ਉੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਘੱਟ ਗਿਆ, ਕਾਫੀ ਮੀਟਰ ਤੱਕ ਥੱਲੇ ਚਲਾ ਗਿਆ। ਈਵਨ ਹਾਲਾਤ ਇਹ ਹੋ ਗਏ ਕਿ ਲੋਕਾਂ ਦੇ ਸਮਰਸੀਬਲ ਜਿਹੜੇ ਨੇ ਉਹ ਵੀ ਕੰਮ ਕਰਨਾ ਬੰਦ ਕਰ ਗਏ। ਅਤੇ ਜਦੋਂ ਇਸ ਸਾਰੇ ਚੀਜ਼ ਦਾ ਨਿਚੋੜ ਕੱਢਿਆ ਗਿਆ ਕਿ ਪਾਣੀ ਦਾ ਪੱਧਰ ਨੀਚੇ ਕਿਉਂ ਗਿਆ, ਤਾਂ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਉਂਗਲੀ ਇਹੀ ਉਠਾਈ ਗਈ ਕਿ ਪੰਜਾਬ ਦੇ ਵਿੱਚ ਜਿਹੜਾ ਝੋਨਾ ਹੈ ਉਹਦੀ ਵਜ੍ਹਾ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਹੜਾ ਉਹ ਘੱਟ ਰਿਹਾ। ਵਾਰ ਵਾਰ ਇਹ ਦੋਸ਼ ਕਿਸਾਨਾਂ ਦੇ ਸਿਰ 'ਤੇ ਲਗਾਇਆ ਜਾਂਦਾ ਕਿ ਝੋਨੇ ਕਰਕੇ ਪਾਣੀ ਦਾ ਪੱਧਰ ਜਿਹੜਾ ਉਹ ਘੱਟਦਾ। ਦੇਖੋ, ਸਭ ਤੋਂ ਵੱਡੀ ਗੱਲ ਤਾਂ ਹੈਗੀ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਹਰੀ ਕ੍ਰਾਂਤੀ ਹੈਗੀ ਆ, ਹਰੀ ਕ੍ਰਾਂਤੀ ਕਿਸੇ ਟਾਈਮ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਲੋਕਾਂ ਤੋਂ ਇੱਕ ਦਿਨ ਦਾ ਵਰਤ ਰਖਾਇਆ ਸੀਗਾ। ਉਸ ਤੋਂ ਵੀ ਮੈਂ ਅੱਗੇ ਚੱਲਾਂ, ਹਰੀ ਕ੍ਰਾਂਤੀ ਆਈ, ਬੜੀ ਤਰੱਕੀ ਕੀਤੀ ਯੂਨੀਵਰਸਿਟੀਆਂ ਨੇ, ਸਾਨੂੰ ਝੋਨੇ ਵਾਲੇ ਪਾਸੇ ਲੈ ਕੇ ਗਏ, ਉਹ ਝੋਨਾ ਤਾਂ ਸਾਡੀ ਫਸਲ ਨਹੀਂ ਸੀ, ਅਤੇ ਕਣਕ ਵਾਲੇ ਪਾਸੇ ਲੈ ਕੇ ਗਏ, ਅਤੇ ਉਹ ਹਰੀ ਕ੍ਰਾਂਤੀ ਨੇ ਕੀ ਕਰਿਆ, ਕਿਸਾਨ ਬਰਬਾਦ ਕਰਤਾ। ਅੱਜ ਅਸੀਂ ਤਾਂ ਭੁੱਖੇ ਮਰਦੇ ਹਾਂ ਪਰ ਦੇਸ਼ ਦਾ ਅਸੀਂ ਢਿੱਡ ਭਰਤਾ। ਅੰਨਦਾਤਾ ਕਹਾਉਣ ਵਾਲਾ ਅੱਜ ਸਾਰੇ ਦੋਸ਼ਾਂ ਦਾ ਭਾਗੀ, ਉਹਨੂੰ ਸਾਰੀ ਜਿਹੜੇ ਇਹ ਸਿਆਸੀ ਲੋਕ ਨੇ ਉਹ ਕਿਸਾਨ 'ਤੇ ਮੜਦੇ ਨੇ। ਇਕੱਲਾ ਕਿਸਾਨ ਦੋਸ਼ੀ ਨਹੀਂ ਪਾਣੀ ਦਾ, ਸਰਕਾਰਾਂ ਨੇ 70 ਸਾਲ 'ਚ ਜਿਹੜਾ ਬਰਸਾਤੀ ਪਾਣੀ ਆ ਉਹਦਾ ਕੋਈ ਸਿਸਟਮ ਬਣਾਇਆ, ਕੋਈ ਰੀਚਾਰਜ ਸਿਸਟਮ ਬਣਾਏ, ਕਿੰਨੇ ਦਰਿਆਵਾਂ ਦੇ ਵਿੱਚ ਪਾਣੀ ਵਿਅਰਥ ਜਾ ਰਿਹਾ ਉਹਦੀ ਕਿਸੇ ਨੇ ਗੌਰ ਕੀਤੀ? ਕਿਸੇ ਨੇ ਝੋਨੇ ਦਾ ਬਦਲਾਅ ਲਿਆਉਣ ਵਾਲੀ ਗੱਲ, ਜੇ ਅੱਜ ਸਾਡਾ 60 ਤੋਂ 65 ਹਜ਼ਾਰ ਦਾ ਝੋਨਾ ਹੁੰਦਾ, ਕੋਈ ਐਡੇ ਐਡੇ ਵੱਡੀਆਂ ਵੱਡੀਆਂ ਨਾ ਕੋਈ ਯੂਨੀਵਰਸਿਟੀਆਂ, ਕੋਈ ਇਹਦੇ ਮਤਲਬ ਇਹਦਾ ਡਾਇਵਰਸੀਫਿਕੇਸ਼ਨ ਲਈ ਕੋਈ ਹੋਰ ਫਸਲ ਲਿਆਉਂਦੀ ਝੋਨੇ ਦੇ ਮੁਕਾਬਲੇ 'ਚ? ਅਸੀਂ ਤਾਂ ਝੋਨਾ ਲਾਉਣਾ ਹੀ ਨਹੀਂ ਚਾਹੁੰਦੇ, ਸਾਨੂੰ ਕੀ ਲੋੜ ਪਈ ਆ? ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹ ਤਾਂ ਬੂਟ ਜਰਾਬਾਂ ਪਾ ਕੇ ਖੇਤੀ ਕਰਨਾ ਚਾਹੁੰਦੀ ਆ, ਅਸੀਂ ਕਿਉਂ ਝੋਨਾ ਲਾਵਾਂਗੇ? ਪਰ ਗੱਲ ਇੱਥੇ ਸਭ ਤੋਂ ਵੱਡੀ ਉਹੀ ਆ ਗਈ ਨਾ, ਜਿਹੜੀ ਅੱਜ MSP ਦੀ ਗਰੰਟੀ ਅਸੀਂ ਕਿਉਂ ਮੰਗ ਰਹੇ ਹਾਂ? ਬਹੁਤ ਵਧੀਆ ਸਵਾਲ ਆ ਤੁਹਾਡਾ। ਅਸੀਂ ਇਸ ਕਰਕੇ ਅੜੇ ਬੈਠੇ ਹਾਂ, ਸਾਨੂੰ ਪਾਣੀ ਦੀ ਚਿੰਤਾ ਕਿਸਾਨ ਨੂੰ। ਅਸੀਂ ਕਹਿੰਦੇ ਹਾਂ ਜੇ 23 ਫਸਲਾਂ 'ਤੇ ਪ੍ਰੋਕਿਓਰਮੈਂਟ ਹੋਵੇ, MSP ਦੇ ਕਾਨੂੰਨ ਬਣੇ, ਤਾਂ ਕਿਸਾਨ ਆਪਣੇ ਆਪ ਡਾਇਵਰਸੀਫਿਕੇਸ਼ਨ ਵੱਲ ਜਾਊਗਾ, 101% ਜਾਊਗਾ। ਅੱਜ 50% ਤੋਂ ਵੱਧ ਦਾਲਾਂ ਆਪਾਂ ਬਾਹਰਲੀ ਕੰਟਰੀਆਂ 'ਚ ਮੰਗਾਉਂਦੇ ਹਾਂ, ਕੀ ਗੱਲ ਜੀ? ਪੰਜਾਬ 'ਚ ਜਿਹੜੀ ਮਰਜ਼ੀ ਚੀਜ਼ ਬੀਜੋ ਕੀ ਨਹੀਂ ਹੁੰਦਾ? ਇਸ ਕਰਕੇ ਆ, ਜਦੋਂ ਪ੍ਰੋਕਿਓਰਮੈਂਟ ਨਹੀਂ ਤੁਸੀਂ ਖਰੀਦਣੀ ਨਹੀਂ ਉਹ, ਤਾਂ ਫਿਰ ਕਿਸਾਨ ਜਾਊ ਕਿੱਥੇ? ਹੁਣ ਤੁਸੀਂ ਪਿੱਛੇ ਬੈਠੇ ਆ ਮੱਕੀ ਦੇ ਨਾਲ, ਮੈਂ ਹੁਣ ਤੁਸੀਂ ਜਦੋਂ ਆਏ ਆ, ਮੈਂ ਗਾਹਣ ਕਰਦਾ ਸੀਗਾ ਜਿਹਨੂੰ ਕੱਦੂ ਕਹਿੰਦੇ ਆ, ਉਹਦੇ ਨਾਲ ਮੇਰਾ ਇੱਥੇ ਇਸ ਮੋਟਰ 'ਤੇ 11 ਏਕੜ ਹੈਗੇ ਆ ਕਿੱਲੇ, 11 ਏਕੜ 'ਚੋਂ ਇਹ ਸਾਡੇ 'ਤੇ ਦੋਸ਼ ਲਾਉਂਦੇ ਆ ਨਾ ਸਾਰੇ ਵੀ ਪਾਣੀ ਦਾ ਕਿਸਾਨ। ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ, ਬਾਣੀ ਦਾ ਗੁਰੂ ਨਾਨਕ ਸਾਹਿਬ ਦਾ ਬੜਾ ਸਤਿਕਾਰ ਕਰਦੇ ਹਾਂ। ਦੇਖੋ, ਜਿਹੜਾ ਕਿਸਾਨ ਆ ਉਹ ਤਾਂ ਰੱਬ 'ਤੇ ਬਹੁਤ ਡਿਪੈਂਡ ਹੈਗਾ, ਸਾਡੀ ਕੋਈ ਫੈਕਟਰੀਆਂ ਤਾਂ ਹੈ ਨਹੀਂ ਵੀ ਟੀਨਾ ਥੱਲੇ, ਛੱਤ ਥੱਲੇ, ਕਮਰਿਆਂ ਥੱਲੇ, ਸਾਡੀ ਜਿਹੜੀ ਫਸਲ ਉਹ ਤਾਂ ਖੁੱਲ੍ਹੇ ਸਮਾਨ 'ਤੇ ਪੱਕਣੀ ਆ, ਸਾਡੇ ਜਿੰਨਾ ਕਿਹੜਾ ਰੱਬ 'ਤੇ ਭਰੋਸਾ ਕਰੂਗਾ? ਸੋ ਮੇਰੇ ਕਹਿਣ ਦੇ ਭਾਵ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਅਸੀਂ ਹਰ ਗੱਲੀ ਜਾਣਦੇ ਹਾਂ ਵੀ ਪਾਣੀ ਦੀ ਕਿੰਨੀ ਮਹੱਤਤਾ,
ਮਾਤਾ ਪਿਤਾ ਦੀ ਕਿੰਨੀ ਮਹੱਤਤਾ ਹੈਗੀ ਆ। ਸੋ ਕਹਿਣ ਦਾ ਭਾਵ ਇਸ ਕਰਕੇ ਅਸੀਂ 13 ਫਰਵਰੀ ਤੋਂ ਠੰਡ ਦੇ ਵਿੱਚ ਅੱਜ ਗਰਮੀਆਂ ਦੇ ਵਿੱਚ ਬੈਠਣਾ ਸੌਖਾ ਨਹੀਂ ਤਾਂ ਹੀ ਮੰਗ ਰਹੇ ਹਾਂ। ਜਦੋਂ 23 ਫਸਲਾਂ 'ਤੇ ਗਰੰਟੀ ਕਾਨੂੰਨ ਬਣ ਜਾਊਗਾ, ਅੱਜ ਜੇ MSP ਦੀ ਗਰੰਟੀ ਇੱਥੇ ਮੂੰਗੀ ਨਾ ਰੋਲੇ, ਅਸੀਂ ਕਣਕ ਵੱਢ ਕੇ ਮੂੰਗੀ ਬੀਜ ਸਕਦੇ ਹਾਂ। ਦੇ ਮੱਕੀ ਦੀ ਖਰੀਦ ਗਰੰਟੀ ਹੋਵੇ, ਖਰੀਦੀ ਜਾਵੇ, ਤੇ ਅਸੀਂ ਮੂੰਗੀ ਵੱਢ ਕੇ ਕੀ ਕਰਾਂਗੇ? ਮੱਕੀ ਲਾ ਲਾਂਗੇ, ਤਾਂ ਫਿਰ ਝੋਨਾ ਕਿੱਥੇ ਰਹਿ ਗਿਆ? ਪਰ ਉਹਦਾ ਬਦਲ ਤਾਂ ਕੱਢਿਆ ਜਾਵੇ ਨਾ, ਸਾਨੂੰ ਇਹ ਤਾਂ ਪਤਾ ਉਹਦੇ ਬਰਾਬਰ ਦਾ। ਅਸੀਂ ਅੱਜ ਮੰਗ ਕੀ ਰਹੇ ਹਾਂ? ਤਾਂ ਹੀ ਮੰਗ ਰਹੇ ਹਾਂ ਵੀ ਜਿਹੜੀ ਸਵਾਮੀਨਾਥਨ ਸਾਡਾ ਤਾਂ ਹੈ ਨਹੀਂ ਸੀਗਾ ਜੀ, ਸਵਾਮੀਨਾਥਨ ਸਰਕਾਰਾਂ ਦਾ ਸੀ। ਜਦੋਂ ਉਹਨੂੰ ਵਿਚਾਰੇ ਨੂੰ ਰਤਨ ਵਾਰਡ ਦਿੱਤਾ, ਉਸ ਇਨਸਾਨ ਨੇ, ਸਵਾਮੀਨਾਥਨ ਨੇ ਪੂਰੇ ਭਾਰਤ ਦੇ ਵਿੱਚ ਕਿੰਨੀ ਮਿਹਨਤ ਕਰਕੇ ਰਿਪੋਰਟ ਤਿਆਰ ਕੀਤੀ ਆ। ਜਿਹੜੀ ਉਹਨਾਂ ਦੀ ਰਿਪੋਰਟ ਸੀ ਘੱਟੋ ਘੱਟ 1 ਟਰੰਕ ਦੇ ਵਿੱਚ ਆਉਂਦੀ ਸੀ, ਪਰ ਇਹਨਾਂ ਨੇ ਉਹਨੂੰ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਨੇ ਦੱਬ ਰੱਖਿਆ, ਫਿਰ 2014 'ਚ ਸਰਕਾਰ ਬਣਾ ਗਿਆ ਸਵਾਮੀਨਾਥਨ ਨਾਂ 'ਤੇ, ਮੋਦੀ ਸਰਕਾਰ, ਭਾਜਪਾ ਸਰਕਾਰ, ਪਰ ਉਹਨੂੰ ਜਦ ਤੋਂ ਹੀ ਦੱਬ ਕੇ ਰੱਖਿਆ। ਸੋ ਅਸੀਂ C2+50 ਦਾ ਰੇਟ ਵੀ ਮੰਗ ਰਹੇ ਹਾਂ ਵੀ ਕਿਸਾਨਾਂ ਨੂੰ, ਜਿਹੜੀ ਇਹ ਦੁੱਗਣੇ ਦੀ ਗੱਲ ਕਰਦੇ ਹਾਂ, ਔਰ ਕਿਤੇ ਨਾ ਕਿਤੇ ਜਿਹੜੀ ਗੱਲ ਚੱਲਦੀ ਆ, ਜੇ ਜਿਵੇਂ ਸੂਚਕਾਂਕ ਨਾਲ ਜੋੜਿਆ ਜਾਵੇ, ਮੈਡਮ ਅੱਜ ਜੇ ਸੂਚਕਾਂਕ ਨਾਲ ਜੇ ਖੇਤੀਬਾੜੀ ਨੂੰ ਜੋੜਿਆ ਜਾਵੇ, ਅੱਜ ਝੋਨੇ ਦਾ ਰੇਟ 5400 ਰੁਪਏ ਆ, ਜੇ ਅੱਜ ਕਣਕ ਦੀ ਕੀਮਤ ਦੀ ਗੱਲ ਕਰੀਏ ਤਾਂ 7600 ਰੁਪਏ ਆ, ਤੇ ਕਣਕ ਕਿੰਨੀ ਵਿਕੀ ਸਾਡੀ? 2275 ਰੁਪਈਏ, ਤੇ ਝੋਨੇ ਦਾ ਹੁਣ ਰੇਟ ਹੁਣ ਹੋਇਆ 117 ਰੁਪਈਏ ਵੱਧ ਕੇ 2300 ਰੁਪਈਏ ਹੁਣ ਹੋਇਆ। ਜਿਹੜਾ 117 ਰੁਪਈਏ ਝੋਨੇ ਦਾ ਵਧਾਇਆ, ਉਹ ਕਿੱਡੀ ਕਮਲ ਮਾਰ ਲਈ ਹੈਗੀ ਆ ਜੀ। DAP ਦੀ ਖਾਦ 'ਚ ਵੱਡਾ ਘਪਲਾ ਹੋਇਆ, ਤੇ ਜਿਹੜਾ DAP ਖਾਦ ਆ ਉਹਦਾ ਰੇਟ ਸਸਤਾ ਹੋ ਗਿਆ, ਪਰ ਉਹਦੀ ਸਬਸਿਡੀ ਤਾਂ ਨਹੀਂ ਘਟਾਈ ਸਾਨੂੰ ਅੱਜ। ਸਾਨੂੰ ਤਾਂ ਜਦੋਂ ਪਹਿਲਾਂ ਰੇਟ ਵੱਧ ਸੀ ਉਦੋਂ ਵੀ 1350 ਦਾ ਮਿਲਦਾ ਤਾ ਸਬਸਿਡੀ ਲੈ ਕੇ, ਤੇ ਅੱਜ ਵੀ 1350 ਤੋਂ। ਸੋ ਬਹੁਤ ਵੱਡਾ ਘਪਲਾ DAP 'ਚ ਭਾਜਪਾ ਸਰਕਾਰ ਨੇ ਕੀਤਾ, ਥੱਲੇ ਤੱਕ ਬਹੁਤ ਕੁਛ ਨਹੀਂ ਪਤਾ ਲੱਗਦਾ। ਜਿਹੜੀ ਕਈ ਪੱਤਰਕਾਰ ਵੀਰ ਸਾਨੂੰ ਸਵਾਲ ਕਰ ਲੈਂਦੇ ਆ ਵੀ ਜਿਹੜੀ ਤੁਹਾਨੂੰ 6000 ਰੁਪਈਆ ਮਿਲਦਾ, ਅਸੀਂ ਕਿਹੜੇ 23 ਜ਼ਿਲ੍ਹੇ ਪੰਜਾਬ ਦੇ ਹੈਗੇ ਆ, ਅਸੀਂ ਕਿਹੜੇ ਜ਼ਿਲ੍ਹੇ ਦੇ ਵਿੱਚ ਔਰ ਕਿਹੜੇ ਬਲਾਕ ਦੇ ਵਿੱਚ ਅਸੀਂ ਮੰਗ ਕੀਤੀ ਵੀ ਸਾਨੂੰ 6000 ਰੁਪਈਆ ਦਿੱਤਾ ਜਾਵੇ? ਸਾਡੀ ਕਿਸਾਨ ਦੀ ਸਿਰਫ ਮੰਗ ਤੇ ਮੰਗ ਸਵਾਮੀਨਾਥਨ ਰਿਪੋਰਟ ਦੀ ਇਨਵਿਨ C2+50 ਨਾਲ ਲਾਗੂ ਕੀਤੀ ਜਾਵੇ। ਸਾਨੂੰ ਕਿਸੇ ਦੇ 5-6000 ਰੁਪਈਏ ਦੀ ਲੋੜ ਨਹੀਂ ਹੈਗੀ। ਅੱਜ 86% ਕਿਸਾਨ ਜਿਹੜਾ ਹੈਗਾ 5 ਏਕੜ ਦੇ ਲਗਭਗ ਹੈਗਾ ਜਾਂ 5 ਏਕੜ ਤੋਂ ਘੱਟ ਹੈਗਾ, ਉਹ 5 ਏਕੜ ਪਾਲਣੇ ਨੂੰ 1 ਲੱਖ ਰੁਪਈਏ ਦਾ ਘਾਟਾ ਖਾਂਦਾ। ਉਹਨੂੰ ਤੁਸੀਂ 6000 ਰੁਪਈਆ ਦੇ ਕੇ ਹਾਈਲਾਈਟ ਕਰਕੇ ਉਹਨੂੰ ਉਹਦਾ ਸ਼ੋਸ਼ਣ ਕਰਦੇ ਹੋ, ਕਿਹੜੀਆਂ ਗੱਲਾਂ ਗੀਆਂ? ਉਹ 'ਚੋਂ ਕੁਝ ਕਿਸਾਨਾਂ ਨੂੰ ਮਿਲਦਾ, ਕੁਝ ਨੂੰ ਨਹੀਂ ਵੀ ਮਿਲਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਚੱਲ ਕੇਂਦਰ ਸਰਕਾਰ ਨਹੀਂ MSP ਦੇ ਰਹੀ ਜਾਂ ਨਹੀਂ ਕਿਸਾਨਾਂ ਦਾ ਹੱਲ ਕਰ ਰਹੀ, ਮੈਂ ਇੱਕ ਅਲਟਰਨੇਟ ਦਿੰਦਾ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ, ਜਿਹਦੇ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਹਨਾਂ ਨੇ ਪਿਛਲੇ ਸੀਜ਼ਨ ਦੇ ਵਿੱਚ ਸਿੱਧੀ ਬਿਜਾਈ 'ਤੇ 1500 ਰੁਪਇਆ ਪ੍ਰਤੀ ਏਕੜ ਅਨਾਊਂਸ ਵੀ ਕੀਤਾ ਸੀ, ਉਹ ਕਿੰਨੇ ਕੁ ਸਾਰਥਕ ਲੱਗਦੀ ਹੈ ਤੁਹਾਨੂੰ ਸਿੱਧੀ ਬਿਜਾਈ? ਉਸ ਮੀਟਿੰਗ ਦੇ ਵਿੱਚ ਜਦੋਂ ਸਰਕਾਰ ਬਣੀ ਆ, ਸਾਡੀ 18 ਅਪ੍ਰੈਲ ਨੂੰ CM ਸਾਹਿਬ ਨਾਲ ਮੀਟਿੰਗ ਹੋਈ ਸੀ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਤੇ ਉਹਦੇ ਵਿੱਚ ਬਹੁਤ ਗੱਲਾਂ ਲਿਆਉਣੀਆਂ ਵੀ ਅਸੀਂ ਖੇਤੀਬਾੜੀ ਆਹ ਕਰਨ ਲੱਗੇ ਹਾਂ, ਖੇਤੀਬਾੜੀ ਲਈ ਪੋਲਿਸੀ ਲਿਆਉਣੀ ਆ, ਬਹੁਤ ਬੜੀਆਂ ਬੜੀਆਂ ਗੱਲਾਂ CM ਸਾਹਿਬ ਨੇ ਮਾਰੇ, ਬਹੁਤ ਬੜੇ ਬੜੇ ਮਤਲਬ ਸ਼ੋਸ਼ੇ ਛੱਡੇ ਨੇ, ਪਰ ਕੋਈ ਲਾਗੂ ਨਹੀਂ ਹੋਇਆ, ਗਰਾਊਂਡ 'ਤੇ ਕੁਛ ਨਹੀਂ ਹੋਇਆ। 1500 ਰੁਪਈਆ ਜਿਹੜੀ ਸਿੱਧੀ ਬਿਜਾਈ ਤੀ ਉਹਦੇ ਇਨਸੈਂਟਿਵ ਦਿੱਤਾ ਸੀ, 5000 ਰੁਪਈਆ ਮੰਗਿਆ ਸੀ, ਬਹੁਤ ਲੋਕ ਕੁਝ ਲੋਕਾਂ ਨੂੰ ਮਿਲ ਗਿਆ ਹੋਊਗਾ, ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਨਹੀਂ ਮਿਲਿਆ ਤਾਂ ਲੋਕੀ ਫਿਰ ਅੱਜ ਕੱਦੂ ਕਰਕੇ ਝੋਨਾ ਲਾਉਂਦੇ ਆ। ਦੂਜੀ ਗੱਲ ਜਿਹੜੀ ਸਿੱਧੀ ਬਿਜਾਈ ਕਰਦੇ ਆ
ਉਹਦੇ ਲਈ ਪਹਿਲਾਂ ਆਪਾਂ ਨੂੰ ਮਈ ਦੇ ਵਿੱਚ ਉਹ ਬਿਜਾਈ ਹੁੰਦੀ ਆ, ਉਹਦੇ ਵਿੱਚ ਆਪਾਂ ਨੂੰ ਘੱਟ ਤੋਂ ਘੱਟ 10-12-13 ਘੰਟੇ ਲਾਈਟ ਚਾਹੀਦੀ ਆ, ਉਹਨੂੰ 2 ਰੌਣੀਆਂ ਡਬਲ ਰੌਣੀ ਕਰਨੀ ਪੈਂਦੀ ਆ। ਤੇ ਦੂਜੀ ਗੱਲ, ਉਹ ਤੇ ਨਦੀਨ ਬਹੁਤ ਹੁੰਦਾ, 1500 ਨਾਲ ਗੁਜ਼ਾਰਾ ਨਹੀਂ ਹੁੰਦਾ ਕਿਸਾਨ ਦਾ। ਸਾਰੇ ਕਹੀ ਜਾਂਦੇ ਜਦੋਂ ਹੁਣ ਤੁਹਾਡਾ ਆਪਾਂ ਇਸ ਵੀਡੀਓ ਜਦੋਂ ਤੁਹਾਡੀ ਇਹ ਵੀਡੀਓ ਚੱਲੂਗੀ, ਬਹੁਤ ਕਹਿਣਗੇ ਕਿਸਾਨ ਭੁੱਖਣ ਨੇ, ਕਿਸਾਨ ਆਹ ਨੇ। ਉਹ ਭਾਈ ਸਾਹਿਬ ਜਿੱਕਣ 35,000 ਕਰੋੜ ਦਾ ਪਰਸੋਂ ਤੁਹਾਨੂੰ ਪੇਪਰਾਂ 'ਚ ਦੱਸਤਾ ਮੋਦੀ ਸਾਹਿਬ ਨੇ ਵੀ ਕਿਸਾਨਾਂ ਦਾ ਆਹ ਕਰਤਾ, ਮੈਂ ਫਿਰ ਦੁਬਾਰਾ ਕਹਿਣਾ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ, ਸਾਡੇ ਨਾਲ ਤੁਸੀਂ ਬਹਿ ਜਾਓ ਜੇ ਤੁਹਾਨੂੰ ਕਿਤੇ ਲੱਗਦਾ, ਚਾਹੇ ਕੋਈ ਵਪਾਰੀ ਬਹਿ ਜਾਵੇ, ਚਾਹੇ ਕੋਈ ਜਿਹੜੇ ਕਿਸਾਨ ਨੂੰ ਲੱਗਦਾ, ਜਾਂ ਮਜ਼ਦੂਰ ਨੂੰ ਲੱਗਦਾ, ਜਾਂ ਦੁਕਾਨਦਾਰ ਨੂੰ ਲੱਗਦਾ, ਜਦੋਂ ਸਾਡੇ ਨਾਲ ਡਿਬੇਟਾਂ 'ਤੇ ਬਹਿੰਦੇ ਹਾਂ, ਚਾਹੇ ਕੋਈ ਕਿਸੇ ਵੀ ਸਿਆਸੀ ਪਾਰਟੀ ਦਾ ਬੁਲਾਰਾ ਹੋਵੇ, ਇਹਨਾਂ ਨੂੰ ਗੱਲ ਨਹੀਂ ਆਉਂਦੀ ਹੈ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਜੇ ਕਿਤੇ ਫਾਇਦਾ ਲਿਆ ਤਾਂ ਕਿਸਾਨ ਮਜ਼ਦੂਰ ਦਾ ਨਾਂ ਲੈ ਕੇ ਇਹਨਾਂ ਲੋਕਾਂ ਨੇ ਆਪ ਦੇ ਢਿੱਡ ਭਰੇ ਆ, ਆਪ ਦਾ ਹੀ ਸਾਰਾ ਕੁਛ ਕੀਤਾ, ਕਿਸਾਨ ਮਜ਼ਦੂਰ ਲਈ ਕੁਝ ਨਹੀਂ ਕੀਤਾ। ਅੱਜ ਜੇ ਮੋਰਚੇ ਲੱਗੇ ਨੇ ਸ਼ੰਭੂ ਅਤੇ ਕਨੌਰੀ, ਉਹ ਜਿੱਥੇ ਕਿਸਾਨੀ ਦੀ ਗੱਲ ਕਰਦਾ ਉੱਥੇ ਉਹ ਮਜ਼ਦੂਰ ਦੀ ਗੱਲ ਕਰਦਾ ਮੋਰਚਾ, ਜਿੱਥੇ ਮਜ਼ਦੂਰ ਦੀ ਗੱਲ ਕਰਦਾ ਛੋਟੇ ਦੁਕਾਨਦਾਰ ਦੀ ਗੱਲ ਕਰਦਾ, ਛੋਟੇ ਦੁਕਾਨਦਾਰ ਦੀ ਗੱਲ ਕਰਦਾ ਅਰਬ, ਜਿਹੜਾ ਵੱਡਾ ਦੁਕਾਨਦਾਰ ਆ ਉਹਦੀ ਗੱਲ ਕਰਦਾ, ਅਤੇ ਜਿਹੜੇ ਆਦਿਵਾਸੀ ਲੋਕ ਨੇ ਉਹਨਾਂ ਦੀਆਂ ਮੰਗਾਂ ਦੀ ਗੱਲ ਕਰਦਾ। ਅਤੇ ਸਮਝਣ ਦੀ ਲੋੜ ਹੈਗੀ ਆ ਇਹ ਵੀ ਅਸੀਂ ਚਾਹੁੰਦੇ ਕੀ ਹਾਂ, ਜਿਹੜੀ ਹੁਣ ਭਗਵੰਤ ਮਾਨ ਨੇ ਬੜੇ ਸੋਚੇ ਛੱਡੇ ਸੀਗੇ ਉਹ ਸਾਰੇ ਫਲੋਪ ਹੋਏ ਨੇ, ਇਸ ਕਰਕੇ ਸਾਡੇ ਨਾਲ 4 ਮੀਟਿੰਗਾਂ ਹੋਈਆਂ CM ਸਾਹਿਬ ਮਾਨ ਦੀਆਂ, ਔਰ ਜਿਹੜਾ ਅੱਜ ਵੀ ਮੇਰੇ ਕੋਲ ਸਾਰਾ ਕੁਛ ਘਰੇ ਪਿਆ, ਕਿੰਨੀ ਵਾਰ ਰਿਮਾਈਂਡਰ ਭੇਜ ਚੁੱਕੇ ਹਾਂ ਨੌਕਰੀਆਂ ਬਾਰੇ, ਜਾਂ ਜਿਹੜੇ ਸਾਡੇ ਕਿਸਾਨ ਮਾਵਾਂ ਭੈਣਾਂ ਨੌਜਵਾਨ ਵੀਰ 2020 ਦੇ ਇੱਕ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਉਹਦੇ ਵਿੱਚ ਸ਼ਹੀਦ ਹੋਏ, ਅਤੇ ਬਹੁਤ ਸਾਰਿਆਂ ਨੂੰ ਹਲੇ ਨੌਕਰੀਆਂ ਮਿਲਣੀਆਂ ਬਾਕੀ ਨੇ, ਅਤੇ ਬਹੁਤ ਸਾਰਿਆਂ ਨੂੰ ਹਲੇ ਜਿਹੜਾ ਪੈਸਾ ਸੀ ਉਹਨੂੰ ਮੁਆਵਜ਼ਾ 5 ਲੱਖ ਰੁਪਈਆ ਉਹ ਨਹੀਂ ਮਿਲਿਆ, ਹੋਰ ਬਹੁਤ ਗੱਲਾਂ ਹੈਗੀਆਂ। ਅਤੇ ਮੂੰਗੀ ਦੀ ਗੱਲ ਤਾਂ MSP ਦੀ ਇਹਨਾਂ ਨੇ ਵੀ ਕਿਹਾ, ਤਾਂ MSP ਦੀ ਗੱਲ ਤਾਂ ਜਿਹੜੀ ਬਾਸਮਤੀ ਦੀ ਆ ਭਗਵੰਤ ਮਾਨ ਜੀ ਨੇ ਰੱਖੀ ਤੀ, ਕਦੇ ਪੁੱਛਿਆ ਤਾਂ ਹੈ ਨਹੀਂ। ਮੂੰਗੀ ਦਾ 2 ਸਾਲ ਤੋਂ ਜਿਹੜੇ CM ਸਾਹਿਬ ਭਗਵੰਤ ਮਾਨ ਜੀ ਕਹਿੰਦੇ ਮੂੰਗੀ ਅਸੀਂ ਖਰੀਦਾਂਗੇ ਮਾਰਕਫੈਡ ਦੇ ਥਰੂ, 2 ਸਾਲ ਦਾ ਮਾਰਕਫੈਡ ਦਾ ਲੈਟਰ ਨਹੀਂ ਕੱਢਿਆ ਵੀ ਖਰੀਦ ਕਰਨੀ ਚਾਹੀਦੀ ਆ। ਆਹ ਲੇਟੈਸਟ 5-4 ਦਿਨ ਪਹਿਲਾਂ ਖਬਰਾਂ ਸੀਗੀਆਂ ਅਖਬਾਰ ਦੀਆਂ, ਸਾਨੂੰ ਸਾਰਾ ਕੁਛ ਪਤਾ, ਕਮਰਿਆਂ 'ਚ ਬੈਠ ਕੇ ACਆਂ 'ਚ ਬੈਠ ਕੇ ਭਾਸ਼ਣ ਦੇਣੇ 'ਚ, ਕਿਉਂਕਿ ਲੱਛੇਦਾਰ ਜਿਹੜਾ ਭਾਸ਼ਣ ਹੈਗਾ ਨਾ CM ਸਾਹਿਬ ਮਾਨ ਦਾ, ਚੁਟਕਲਿਆਂ ਨਾਲੇ ਸਰਕਾਰ ਚੱਲਦੀ ਹੈ, ਚੁਟਕਲਿਆਂ ਨਾਲ ਸਰਕਾਰ ਨਹੀਂ ਚੱਲਣੀ। ਹੁਣ ਕਿਸਾਨ ਜਾਗਰੂਕ ਹੋ ਗਿਆ, ਸਾਰਾ ਕੁਛ ਸਮਝਦੇ ਆ, ਗਰਾਊਂਡ 'ਤੇ ਆਉਣਾ ਪਊਗਾ ਹੁਣ, ਕਿਉਂ ਨਸੀਹਤ ਇਹਨਾਂ ਨੂੰ ਮਿਲ ਚੁੱਕੀ ਆ। ਮੈਂ ਸਿਆਸਤ ਵਾਲੇ ਪਾਸੇ ਆਉਣਾ ਨਹੀਂ ਚਾਹੁੰਦਾ, ਪਰ ਅੱਜ ਕੁਛ ਵੀ ਕਹਿਣ, ਆਮ ਪਾਰਟੀ ਨੂੰ ਵੀ ਵੱਡੀ ਨਸੀਹਤ ਮਿਲੀ ਆ, ਭਾਜਪਾ ਨੂੰ ਨਸੀਹਤ ਮਿਲਣੀ ਚਾਹੀਦੀ, ਉਹਨੂੰ ਵੀ ਮਿਲੀ ਆ। ਠੀਕ ਹੈ, ਸ਼ੰਭੂ ਤੇ ਕਈ ਦਿਨ ਹੋ ਗਏ ਨੇ, 100 ਤੋਂ ਜ਼ਿਆਦਾ ਦਿਨ ਹੋ ਗਏ ਨੇ ਫਰਵਰੀ ਦਾ ਜਿਹੜਾ ਮੋਰਚਾ ਉਹ ਲੱਗਿਆ ਹੋਇਆ। ਇੱਕ ਗੱਲ ਹਾਲੇ ਤੱਕ ਸਮਝ ਨਹੀਂ ਆਉਂਦੀ, ਜਦੋਂ ਕਿਸਾਨੀ ਅੰਦੋਲਨ ਇੱਕ ਹੋਇਆ ਸੀ 2020 ਦੇ ਵਿੱਚ, ਉਸ ਵੇਲੇ ਵੀ ਅਤੇ ਹੁਣ ਵੀ ਦੋ ਸਲੋਗਨ ਬਹੁਤ ਸੁਣਨ ਨੂੰ ਮਿਲਦੇ ਨੇ ਕਿ ਇਸ ਅੰਦੋਲਨ ਨੂੰ ਖਾਲਿਸਤਾਨੀਆਂ ਦਾ ਸਮਰਥਨ ਹੈ, ਵੱਖਵਾਦੀਆਂ ਦਾ ਸਮਰਥਨ ਹੈ, ਅੱਤਵਾਦੀਆਂ ਦਾ ਸਮਰਥਨ ਹੈ। ਕਿਉਂ ਵਾਰ ਵਾਰ ਇੱਦਾਂ ਦੇ ਸਲੋਗਨ ਕਿਸਾਨੀ ਸੰਘਰਸ਼ ਦੇ ਲਈ ਵਰਤੇ ਜਾਂਦੇ ਨੇ, ਤੁਹਾਡੀ ਸਮਝ ਕੀ ਕਹਿੰਦੀ ਹੈ? ਦੇਖੋ, ਜਦੋਂ ਨਾ ਕੋਈ ਹੱਕ ਸੱਚ ਦੀ ਗੱਲ ਕਰਦਾ ਸਰਕਾਰਾਂ ਦੀ, ਉਹ ਹਜ਼ਮ ਨਹੀਂ ਹੁੰਦੀ, ਉਹਨਾਂ ਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਉਣੀ ਹੁੰਦੀ ਆ। ਅੱਜ ਖਾਲਿਸਤਾਨ ਦੀ ਵੱਖਵਾਦੀ ਦੀ ਜਿਹੜੀ ਗੱਲ ਕਰਦੇ ਹੋ, ਜਿਹੜਾ ਬੰਦਾ MSP ਦੀ ਗਰੰਟੀ ਮੰਗਦਾ, ਜਿਹੜੇ ਆਪ ਦੀਆਂ ਫਸਲਾਂ ਦਾ ਜਾਂ ਸਵਾਮੀ ਰਾਤਨ ਜਾਂ ਰੇਟ ਮੰਗਦੇ ਹੈਗੇ ਆ, ਤਾਂ ਉਹ ਖਾਲਿਸਤਾਨੀ ਕਿਵੇਂ ਹੋ ਸਕਦੇ ਆ? ਮੈਂ ਕਹਿੰਦਾ ਵੀ ਜਿਹੜਾ 2020 ਦੇ ਵਿੱਚ ਮੋਰਚਾ ਲੱਗਿਆ ਤਾ, ਇਸ ਮੋਰਚੇ ਦੀ ਇੱਕ ਵਿਲੱਖਣਤਾ ਵੱਖ ਹੈਗੀ ਆ। ਅੱਜ ਆਪਾਂ ਉਸ ਮੋਰਚੇ ਨੂੰ ਸੋਚੀਏ
ਤਾਂ ਮੈਂ ਕਹਿਣਾ ਪੂਰੇ ਭਾਰਤ ਦੇ ਵਿੱਚ ਜੜ੍ਹਾਂ ਹਿਲਾਤੀਆਂ ਭਾਜਪਾ ਦੀਆਂ। ਜੇ ਅੱਤਵਾਦੀ ਵਾਲੀ ਗੱਲ ਕਹਿੰਦੀ, ਵੱਖਵਾਦੀ ਗੱਲ ਆਉਣੀ, ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਇਕੱਲੇ ਪੰਜਾਬ ਦਾ ਤਾਂ ਮੋਰਚਾ ਹੈ ਨਹੀਂ ਗਾ, ਪੰਜਾਬ ਦਾ ਮੋਰਚਾ ਵੀ ਹੈਗਾ, ਹਰਿਆਣੇ ਦਾ ਵੀ, ਰਾਜਸਥਾਨ ਦਾ ਹੈਗਾ, ਤੇ ਯੂਪੀ ਦਾ ਹੈਗਾ, ਮੱਧ ਪ੍ਰਦੇਸ਼ ਦਾ ਹੈਗਾ, ਪੂਰੇ ਭਾਰਤ ਦਾ ਹੈਗਾ। ਫਿਰ ਪੂਰੇ ਭਾਰਤ ਦੇ ਲੋਕ ਸਾਡਾ ਸਮਰਥਨ ਕਰਦੇ ਅੱਤਵਾਦੀਆਂ ਦਾ। ਸੋ ਕਹਿਣ ਤੋਂ ਭਾਵ ਇਹ ਸਰਕਾਰਾਂ ਬਦਨਾਮ ਕਰਦੀਆਂ ਹੁੰਦੀਆਂ ਉੱਥੇ। ਇਹ ਤਾਂ ਇਹ ਵੀ ਕਹਿ ਰਹੇ ਆ ਵੀ ਉਹ ਕਿਸਾਨ ਨਹੀਂ ਬੈਠੇ, ਉਹ ਭਾਈ ਤੁਹਾਡੇ ਕੋਲ ਡੀਸੀ ਸਾਹਿਬ ਹੈਗੇ ਆ ਜ਼ਿਲ੍ਹਿਆਂ ਦੇ, ਤੁਹਾਡੇ ਕੋਲ SDM ਸਾਹਿਬ ਹੈਗੇ, ਤੁਹਾਡੇ ਕੋਲ ਤਹਿਸੀਲਦਾਰ ਸਾਹਿਬ ਹੈਗੇ, ਸਾਡੇ ਟਵਿੰਟਰ ਅਕਾਊਂਟ ਜਦੋਂ ਤੁਸੀਂ ਬੰਦ ਕਰ ਦਿੰਦੇ ਹੋ, ਫੇਸਬੁੱਕ ਅਕਾਊਂਟ ਸਾਡੇ ਬੰਦ ਕਰ ਦਿੰਦੇ ਹੋ, ਉਦੋਂ ਤੁਹਾਨੂੰ ਪਤਾ ਹੁੰਦਾ ਵੀ ਇਹ ਕਿਸਾਨ ਨੇ। ਔਰ ਇਸ ਤੋਂ ਵੀ ਅੱਗੇ ਜਾਵਾਂ, ਜੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨ ਨਹੀਂ ਸੀ, ਤਾਂ ਫਿਰ ਤਿੰਨ ਵਾਰ ਵਾਰਤਾ ਜਿਹੜੇ ਸੈਂਟਰ ਦੇ ਮੰਤਰੀ ਤੇ ਤਿੰਨ ਜਾਂ ਚਾਰ ਵਾਰ ਵਾਰਤਾ ਹੋਈ ਆ, ਉਹ ਅੱਤਵਾਦੀਆਂ ਨਾਲ ਕਰਕੇ, ਇੱਕ ਵੱਖਵਾਦੀਆਂ ਨਾਲ ਕਰਕੇ ਚੰਡੀਗੜ੍ਹ। ਸੋ ਇਹ ਸਮਝਣੇ ਦੀ ਗੱਲਾਂ, ਅੱਜ ਕੱਲ੍ਹ ਲੋਕ ਅਵੇਅਰ ਹੋ ਗਏ ਆ, ਇਹ ਲੋਕ ਸਮਝਦੇ ਆ, ਪਰ ਸਰਕਾਰਾਂ ਜਿਹੜੀਆਂ ਕੁਛ ਕਰਕੇ ਦਿਖਾਉਣੀਆਂ, ਜਦੋਂ ਕਿਸੇ ਮੋਰਚੇ ਨੂੰ ਫੇਲ ਕਰਨਾ ਹੁੰਦਾ ਤਾਂ ਉਹਨੂੰ ਅੱਤਵਾਦੀ ਦਾ ਵੱਖਵਾਦੀ ਦਾ ਨਾਂ ਲਿਆ ਜਾਂਦਾ, ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਏਅਰਪੋਰਟ 'ਤੇ ਇੱਕ ਘਟਨਾ ਵਾਪਰੀ ਆ। ਤਾਂ ਇੱਕ ਆਪ ਮੈਨੂੰ ਆਪਣੀ ਜੀਭ 'ਤੇ ਕੰਟਰੋਲ ਰੱਖਣਾ ਚਾਹੀਦਾ, ਮੇਰੀ ਆਪਣੀ ਜ਼ਬਾਨ 'ਤੇ ਕੋਈ ਕੰਟਰੋਲ ਨਹੀਂ। ਜੇ ਲੋਕਾਂ, ਜੇ ਸਰਕਾਰਾਂ ਨੇ ਕੰਗਣਾ ਰਾਵਤ ਵਰਗਿਆਂ ਦੇ ਪਹਿਲਾਂ ਨੱਥ ਪਾਈ ਹੁੰਦੀ, ਜਿਹੜੇ ਕਿਸਾਨਾਂ ਨੂੰ ਮਾੜੇ ਲਫ਼ਜ਼ ਬੋਲਦੇ ਆ, ਦੇਖੋ ਕੋਈ ਵੀ ਆ, ਚਾਹੇ ਪੁਲਿਸ ਵਰਦੀ 'ਚ ਹੈ, ਚਾਹੇ ਉਹ DSP ਆ, SSP ਆ, ਚਾਹੇ ਉਹ ਸਿਪਾਹੀ ਆ, ਚਾਹੇ SHO ਆ, ਮਾਂ ਮਾਂ ਹੁੰਦੀ ਆ, ਪਿਓ ਪਿਓ ਹੁੰਦਾ, ਠੀਕ ਆ ਨਾ ਜੀ। ਤਾਂ ਜਿਹੜੀ ਇਹ ਜੋ ਮੂੰਹ 'ਚ ਆਇਆ ਬੋਲਦੀ, ਕਿਸੇ ਐਕਟਰ ਨੂੰ ਅਧਿਕਾਰ ਹੈਗਾ ਵੀ ਕਿਸੇ ਦੇ ਵਿਰੁੱਧ ਕੁਛ ਵੀ ਬੋਲੋ, ਕਿਸੇ ਦੀ ਮਾਂ ਨੂੰ ਕੁਛ ਬੋਲੋ, ਕਿਸੇ ਨੂੰ ਜਿਹੜਾ ਕਲਾਕਾਰ ਆ ਉਹਨੂੰ ਹੱਕ ਹੈਗਾ, ਜੇ ਤੁਸੀਂ MP ਬਣ ਗਏ ਹੋ ਤਾਂ ਤੁਹਾਡੇ 'ਤੇ ਬਹੁਤ ਜ਼ਿੰਮੇਵਾਰੀ ਆ। ਜਿਹੜੀ MP ਬਣ ਕੇ ਪਾਰਲੀਮੈਂਟ ਦੇ ਵਿੱਚ 543 MP ਹੁੰਦੇ ਨੇ, ਅਸੈਂਬਲੀ ਦਾ ਪਾਰਟ ਨੇ ਕੰਗਣਾ ਰਾਵਤ, ਉਹਨਾਂ ਦੇ ਮੂੰਹ 'ਤੇ ਸ਼ੋਭਾ ਦਿੰਦੇ ਆ ਅੱਤਵਾਦੀ ਵਾਲੀ ਗੱਲ, ਮਤਲਬ ਆਪਦੀਆਂ ਗਲਤੀਆਂ ਨਾਲ ਥੱਪੜ ਖਾਧਾ, ਥੱਪੜ ਖਾਣੇ ਤੋਂ ਬਾਅਦ ਖਾਲਤਾ ਨਹੀਂ ਬੋਲਦੇ ਹੋ ਤਾਂ ਅੱਤਵਾਦੀ ਬੋਲਦੇ ਹੋ। ਤਾਂ ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਆ ਚੁੱਪ ਆ, ਉਹਨਾਂ 'ਤੇ ਵੀ ਵੱਡਾ ਸਵਾਲ ਹੈਗਾ ਜੇ ਪੰਜਾਬ ਦੇ ਵਿੱਚ ਅੱਤਵਾਦ ਹੈਗਾ। ਜਿਹੜੀ ਪੰਜਾਬ ਪੁਲਿਸ ਆ, ਅਤੇ ਮੈਂ DGP ਸਾਹਿਬ ਨਾਲ ਵੀ ਗੱਲ ਕੀਤੀ ਸੀ, ਅਸੀਂ DGP ਸਾਹਿਬ ਨੂੰ ਮਿਲੇ ਤੇ, ਕਿਤੇ ਨਾ ਕਿਤੇ SSP ਸਾਹਿਬ ਨਾਲ ਜਿੱਦਣ ਮੀਟਿੰਗ ਹੋਈ ਸੀ, ਮੈਂ ਕਿਹਾ ਇਹ ਤਾਂ ਸਰ ਫਿਰ ਕੰਗਣਾ ਰਣੌਤ ਦਾ ਤੁਹਾਡੇ 'ਤੇ ਵੀ ਵੱਡਾ ਸਵਾਲ ਆ, ਪੰਜਾਬ ਪੁਲਿਸ 'ਤੇ ਵੀ ਸਵਾਲ ਖੜਾ ਹੁੰਦਾ ਨਾ ਵੀ ਪੰਜਾਬ ਦੇ ਵਿੱਚ ਅੱਤਵਾਦ ਵੱਧ ਰਿਹਾ, ਵੱਖਵਾਦ ਵੱਧ ਰਿਹਾ, ਤਾਂ ਫਿਰ ਸਰ ਪੁਲਿਸ ਪ੍ਰਸ਼ਾਸਨ 'ਤੇ ਵੀ ਸਵਾਲ ਆ, ਸਿਵਲ ਪ੍ਰਸ਼ਾਸਨ 'ਤੇ ਸਵਾਲ ਆ। ਕੰਗਣਾ ਨੇ, ਗੁਰਿੰਦਰ ਜੀ ਤੁਹਾਨੂੰ ਰੋਕ ਰਹੀ ਹਾਂ ਮੈਂ, ਸੌਰੀ, ਕੰਗਣਾ ਨੇ ਇਹ ਵੀ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ, ਕੰਗਣਾ ਦੀ ਭੈਣ ਨੇ, ਕਿ ਪੰਜਾਬ ਦੇ ਵਿੱਚ ਇਸ ਕਦਰ ਅੱਤਵਾਦ ਤੇ ਵੱਖਵਾਦ ਵੱਧ ਰਿਹਾ, ਪੰਜਾਬੀਆਂ ਨੇ ਦੋ ਖਾਲਿਸਤਾਨੀਆਂ ਨੂੰ ਜਿਤਾਇਆ, ਇੱਕ ਭਾਈ ਸਰਬਜੀਤ ਸਿੰਘ ਖਾਲਸਾ ਤੇ ਇੱਕ ਭਾਈ ਅੰਮ੍ਰਿਤਪਾਲ ਸਿੰਘ। ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਖਾਲਿਸਤਾਨੀ ਜਿਹੜੀ ਵਿਚਾਰਧਾਰਾ ਪੈਰ ਪਸਾਰ ਰਹੀ ਹੈ, ਇਹ ਕੰਗਣਾ ਦੀ ਭੈਣ ਦੀ ਸ਼ਬਦਾਵਲੀ ਹੈ। ਦੇਖੋ ਜੇ ਤਾਂ ਮਤਲਬ ਇਹਨਾਂ ਨੂੰ ਵੋਟਾਂ ਪਾਓ, ਇਹਨਾਂ ਨੇ ਚਾਹੇ ਕਿੰਨੇ ਵੀ ਕਤਲੇਆਮ ਕੀਤੇ ਹੋਏ ਆ, ਬਲਾਤਕਾਰਾਂ ਦੇ ਦੋਸ਼ੀ ਇਹ MP ਹੈਗੇ ਆ, ਕੋਈ ਮੰਤਰੀ ਹੈਗਾ, ਪਹਿਲਾਂ ਤੁਸੀਂ ਉਹ ਜਿਹੜੀਆਂ ਕੁੜੀਆਂ ਸੀਗੀਆਂ ਵਿਚਾਰੀਆਂ ਪਹਿਲਵਾਨ, ਤੁਸੀਂ ਦੇਖਿਆ ਹੀ ਆ, ਤੇ ਜਿਨ੍ਹਾਂ ਨੇ ਸ਼ਰੇਆਮ ਸ਼ਰਿਆਂਤਰ ਰਚ ਕੇ 4.5 ਕਿਸਾਨ ਮਾਰੇ ਸੀ, ਉਹਨਾਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਟਹਿਣੀ ਵਰਗਿਆਂ ਨੂੰ। ਸੋ ਉਹ ਤਾਂ ਦੇਵਤੇ ਹੈਗੇ ਆ। ਮੈਂ ਦੱਸਦਾ ਸਰਬਜੀਤ ਕਿਹੜਾ ਅੱਤਵਾਦੀ ਹੈਗਾ ਵਾ, ਅੰਮ੍ਰਿਤਪਾਲ ਕਿਹੜਾ ਅੱਤਵਾਦੀ ਹੈ, ਕਿਹਨੇ ਸਰਟੀਫਿਕੇਟ ਦੇ ਤਾ ਕੰਗਣਾ ਦੀ ਭੈਣ ਨੂੰ, ਪਤਾ ਵੀ ਅੱਤਵਾਦੀ ਕੌਣ ਹੁੰਦਾ, ਵੱਖਵਾਦੀ ਕੌਣ ਹੁੰਦਾ। ਸੋ ਇਹਨਾਂ ਲੋਕਾਂ ਨੇ ਹਾਈਲਾਈਟ ਹੋਣਾ ਕਰਕੇ ਬਿਆਨ ਦਿੰਦਾ, ਜਿਹਨੇ ਵੀ ਸਰਕਾਰਾਂ ਦੇ ਵਿੱਚ ਰਾਜ ਭਾਗ ਭੋਗਣਾ, ਉੱਚੀ ਕੁਰਸੀਆਂ 'ਤੇ ਜਾਣਾ, ਤਾਂ ਉਹ ਕਿਤੇ ਨਾ ਕਿਤੇ ਸਿੱਧਾ ਸਿੱਖਾਂ ਨੂੰ ਜਾਂ ਜਿਹੜੀ ਸਿੱਖ ਕੌਮ ਨਾਲ ਉਹਨਾਂ ਨੂੰ ਟਾਰਗੇਟ ਕਰੂਗਾ, ਤਾਂ ਉਹਨਾਂ ਦੀ ਕਿਤੇ ਨਾ ਕਿਤੇ ਸਰਕਾਰਾਂ ਦਰਬਾਰੇ ਉਹਨਾਂ ਦੀ ਬੱਲੇ ਬੱਲੇ ਹੁੰਦੀ ਆ। ਇਸ ਕਰਕੇ ਆ ਪੰਜਾਬ ਬੜਾ ਸ਼ਾਂਤ ਪਈ ਆ, ਪੰਜਾਬ ਦੇ ਵਿੱਚ ਵੋਟਾਂ ਪੈ ਕੇ ਹਟੀਆਂ।
ਕਿਤੇ ਤੁਹਾਨੂੰ ਲੱਗਿਆ 23 ਜ਼ਿਲ੍ਹਿਆਂ 'ਚ ਕਿਤੇ ਪ੍ਰੋਬਲਮ ਹੋਈ ਆ, ਜਾਂ ਜਿਹੜੇ ਕੁਝ ਪੁਲਿਸ ਜ਼ਿਲ੍ਹੇ ਵੀ ਹੈਗੇ 23 ਜ਼ਿਲ੍ਹਿਆਂ ਤੋਂ ਬਗੈਰ ਕਿਤੇ ਹੋਈ ਆ, ਪਰ ਅਸੀਂ ਇਹ ਚਾਹੁੰਦੇ ਹਾਂ ਪੂਰੇ ਭਾਰਤ ਦੇ ਵਿੱਚ ਇਹ ਨਜ਼ਰ ਕਰਨ, ਜਿੱਥੇ ਵੋਟਾਂ ਪਿੱਛੇ ਸ਼ਰੇਆਮ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਤੇ ਉਹਨਾਂ ਨੂੰ ਦੜਿਆ ਗਿਆ, ਅੰਦਰ ਬੰਦ ਕੀਤਾ ਗਿਆ, ਅੱਤਵਾਦੀ ਉੱਥੇ ਆ, ਵੱਖਵਾਦੀ ਉੱਥੇ ਆ, ਕਿ ਜਾਂ ਪੰਜਾਬ ਦੇ ਵਿੱਚ ਆ? ਪੰਜਾਬ ਬੜਾ ਸ਼ਾਂਤਮਈ ਮਾਹੌਲ ਨਾਲ ਸਾਰੇ ਭਾਈਚਾਰਕ ਸਾਂਝ ਦਾ ਏਕਾ ਹੈਗਾ। ਅਸਲ 'ਚ ਲੋਕਾਂ, ਇਨਸਾਫ ਪਸੰਦ ਲੋਕਾਂ ਨੇ 4.5 ਤੋਂ 5 ਲੱਖ ਵੋਟ ਪਈ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ, ਕਿਹਾ ਤੁਸੀਂ 4.5 ਲੱਖ ਜਾਂ 5 ਲੱਖ ਲੋਕਾਂ ਨੂੰ ਨਕਾਰ ਦੇਂਗੇ, ਉਹਨਾਂ ਦਾ ਆਪਣਾ ਫੈਸਲਾ। ਇੱਕ ਪਾਸੇ ਤਾਂ ਕਹਿੰਦੇ ਆ ਵੋਟ ਦਾ ਅਧਿਕਾਰ, ਉਹਨਾਂ ਨੇ ਵੋਟ ਦਾ ਅਧਿਕਾਰ ਵੋਟ ਪਾ ਕੇ ਦਿੱਤਾ ਵੀ ਤੁਸੀਂ ਝੂਠੇ NSA ਲਾਈ ਆ, ਜਿਹੜਾ ਕਿ ਕੋਈ ਤੁੱਕ ਨਹੀਂ ਬਣਦੀ। ਤੇ ਜਿਹੜਾ ਸਰਬਜੀਤ ਸਿੰਘ ਨੂੰ ਜਿਤਾਇਆ ਉਹ ਬਹੁਤ ਵੱਡੀ, ਇਹ ਜਿਹੜੇ ਸਿਆਸੀ ਲੋਕ ਨੇ ਇਹਨਾਂ ਨੂੰ ਸਮਝਣੇ ਦੀ ਲੋੜ ਆ ਵੀ ਸਦਾ ਹੀ ਹਰ ਦਿਨ ਸੰਡੇ ਨਹੀਂ ਹੁੰਦਾ। ਤੁਹਾਨੂੰ ਆਪ ਸਮਝਣਾ ਲੈਣਾ ਜੀ ਇਹ ਲੋਕ ਬਦਨਾਮ ਕਰਦੇ ਆ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਆ ਕਿਹੜਾ, ਉਹਨਾਂ ਨੇ ਇਹੋ ਜਿਹਾ ਕਿਹੜਾ ਕ੍ਰਾਈਮ ਕਰਤਾ ਜਿਹੜੀ NSA ਲਾ ਲਈ, ਜਿਹੜੀ 33 ਸਾਲ ਬਾਅਦ ਕੱਢ ਕੇ ਔਰ ਉਹਨਾਂ 'ਤੇ NSA ਲਾਇਆ ਗਿਆ। ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣਾ, ਔਰ ਜਿਹੜਾ ਹੁਣ ਜੇ ਕਿਤੇ MLA ਬਣਦਾ ਉਹ ਫਿਰ ਮੰਤਰੀ ਬਣਦਾ ਅਤੇ ਉਹ ਤੋਂ ਬਾਅਦ CM ਬਣਦਾ ਅਤੇ ਸਪੀਕਰ ਸਾਹਿਬ ਬਣਦਾ। ਜਿਹੜੇ ਹੁਣ ਪਾਰਲੀਮੈਂਟ ਬਣੇ ਨੇ 543, ਉਹ ਪਹਿਲਾਂ ਤਾਂ MP ਨੇ ਨਾ, ਹੁਣ ਮੋਦੀ ਸਾਹਿਬ PM ਬਣ ਗਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਕੀ ਬਣੇ ਆ? ਪਾਰਲੀਮੈਂਟ ਬਣੇ ਆ, ਤਾਂ ਪਾਰਲੀਮੈਂਟ ਦੀ ਪਾਵਰ ਕਿੰਨੀ ਹੈਗੀ ਆ ਇਹ ਦੇਖਣ। ਉਹ ਆਪ ਬਣ ਗਏ ਤੇ ਇੱਥੇ ਪੰਜਾਬ ਸਰਕਾਰ ਨੇ ਵੱਡਾ ਇੱਕ ਹੋਰ ਜਿਹੜਾ ਸਿੱਖ ਵਿਰੋਧੀ ਫੈਸਲਾ ਲਿਆ, ਉਹਨਾਂ 'ਤੇ 1 ਸਾਲ ਦੀ NSA ਹੋਰ ਵਧਾ ਦਿੱਤੀ, ਜਾਂ ਉਹਨਾਂ ਦੇ ਨਾਲ ਦੇ ਜਿਹੜੇ ਉਹਨਾਂ ਦੀ ਸੱਜਣ ਮਿੱਤਰ ਹੈਗੇ ਆ ਉਹਨਾਂ 'ਤੇ ਵਧਾ ਦਿੱਤੀ। ਪੰਜਾਬ 'ਚ ਇਹੋ ਜਿਹਾ ਕੁਛ ਨਹੀਂ ਹੋਇਆ, ਬਸ ਸਿਰਫ ਇਹ ਵੋਟਾਂ ਦਾ ਸਟੰਟ ਹੁੰਦਾ ਹੈਗਾ ਕੀ ਕਰਨਾ, ਕੀ ਸਰਕਾਰਾਂ ਸੋਚਦੀਆਂ ਦੇਖੋ। ਅਤੇ ਜੇ ਅੱਜ ਕੋਈ ਜਿੱਤਦਾ, ਹੁਣ ਤੁਸੀਂ ਦੇਖੋ 4.5 ਲੱਖ ਲੋਕਾਂ ਨੂੰ, ਜਿਹੜੇ ਖੰਡੂਰ ਸਾਹਿਬ ਦੇ, ਸ੍ਰੀ ਖੰਡੂਰ ਸਾਹਿਬ ਦੇ ਲੋਕਾਂ ਦੇ ਫੈਸਲੇ ਨੂੰ ਕਿਤੇ ਨਾ ਕਿਤੇ CM ਭਗਵੰਤ ਮਾਨ ਜਾਂ ਸੈਂਟਰ ਸਰਕਾਰ ਕਿਤੇ ਨਾ ਕਿਤੇ ਟਾਰਗੇਟ ਕਰ ਰਹੀ ਆ, ਉਹਨਾਂ ਦਾ ਜਿਹੜਾ ਫੈਸਲਾ ਉਹਨੂੰ ਨਗੌਲਿਆ ਕੀਤਾ ਜਾ ਰਿਹਾ। ਜਿਹੜੇ ਉਹਨਾਂ ਦੀ ਪਸੰਦ ਸੀ ਉਹਨਾਂ ਨੂੰ ਕਿਤੇ ਨਾ ਕਿਤੇ CM ਸਾਹਿਬ ਨੇ ਵੀ ਅੱਖਾਂ ਦਿਖਾਈਆਂ ਨਾ ਵੀ ਤੁਹਾਡਾ ਫੈਸਲਾ ਸਾਨੂੰ ਪਸੰਦ ਨਹੀਂ। ਇੱਕ ਪਾਸੇ ਤਾਂ ਆਪ ਦਾ ਕੋਈ MP ਬਣ ਗਿਆ ਤਾਂ ਭੰਗੜੇ ਪੈਂਦੇ ਆ, ਜੇ ਭਾਈ ਲੋਕਾਂ ਨੇ ਕੋਈ ਸੱਚਾ ਸੱਜਣ ਆਪਣਾ ਚੁਣ ਲਿਆ ਤਾਂ ਤੁਸੀਂ ਉਹਨੂੰ ਜੇਲ੍ਹਾਂ 'ਚੋਂ ਬਾਹਰ ਨਹੀਂ ਨਿਕਲਣ ਦਿੰਦੇ, ਤਾਂ ਇਹ ਲੋਕਤੰਤਰ ਦੀ ਹੱਤਿਆ, ਲੋਕਤੰਤਰ ਦਾ ਘਾਣ ਆ। ਇਹ ਜਿਹੜਾ NSA ਵਧਾਈ ਗਈ ਆ ਇਹ ਵੀ ਲੋਕਤੰਤਰ ਦਾ ਗਲਾ ਘੁੱਟਿਆ ਗਿਆ। ਠੀਕ ਹੈ ਗੁਰਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼, ਜਿਸ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਕੇਂਦਰ ਸਰਕਾਰ ਦੀ 14 ਫਸਲਾਂ ਨੂੰ ਲੈ ਕੇ ਦਿੱਤੀ ਗਈ MSP ਦੇ ਬਾਰੇ। ਕਿਸਾਨਾਂ ਨੂੰ ਕੇਂਦਰ ਦਾ ਇਹ ਫੈਸਲਾ ਮਨਜ਼ੂਰ ਨਹੀਂ ਹੈ ਅਤੇ ਨਾ ਹੀ 14 ਫਸਲਾਂ ਦੀ ਇਹੋ ਜਿਹੀ MSP ਕਿਸਾਨਾਂ ਨੂੰ ਚਾਹੀਦੀ ਹੈ, ਇਹ ਕਿਸਾਨ ਆਗੂਆਂ ਦਾ ਕਹਿਣਾ ਹੈ। ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ TV।